ਕਹਿੰਦੀ 20 ਮੋਹਰਾਂ, ਅਸੀਂ ਗਰੀਬ ਬੰਦੇ ਹਾਂ, ਸਾਡੇ ਕੋਲ ਤਾਂ 20 ਪੈਸੇ ਨਹੀਂ, 20 ਮੋਹਰਾਂ ਦਾ ਕੀ ਸਵਾਲ ਹੁੰਦਾ। ਕਹਿੰਦੇ ਫਿਰ ਤੇਰੇ ਲੜਕੇ ਨੂੰ ਅਸੀਂ ਫੜ ਕੇ ਲੈ ਜਾਣਾ ਅਤੇ ਕਤਲ ਅੱਜੇ ਕਰ ਦੇਣਾ। ਉਸ ਵੇਲੇ ਅੰਦਰ ਨੂੰ ਗਈ ਵੀ ਹੇ ਭਗਵਾਨ ਮੈਂ ਹੁਣ ਕਰਾਂ ਕੀ, ਅਤੇ ਉੱਥੇ ਜਾ ਕੇ ਅਰਦਾਸ ਕਰਨ ਲੱਗ ਗਈ। ਅਰਦਾਸ ਕਰਦੇ ਹੀ ਜਦੋਂ ਨੇਤਰ ਖੋਲ੍ਹੇ, ਭਗਵਾਨ ਦੇ ਦਰਸ਼ਨ ਹੋ ਰਹੇ ਹੈ, ਵਾਹਿਗੁਰੂ ਦੇ ਦਰਸ਼ਨ ਹੋ ਰਹੇ। ਕਹਿੰਦੇ ਮਾਤਾ ਡੋਲ ਨਾ, ਆਹ ਫੜ ਸੈਲੀ, ਇਹਦੇ 'ਚ ਮੋਹਰਾਂ ਨਹੀਂ ਹੈ, ਇਹਦੇ 'ਚ ਲਾਲ ਏ ਲਾਲ ਨੇ। ਇਹ ਰਾਜੇ ਦੀ ਜਿੰਨੀ ਸਾਰੀ ਦੌਲਤ ਹੈ, ਇਹ ਤੋਂ ਤੇਰੇ ਕੋਲ 10-20 ਗੁਣੀ ਜ਼ਿਆਦਾ ਹੋ ਜੂਗੇ। ਜਾਂ ਵਿੱਚੋਂ 2 ਲਾਲ ਦੇ ਦੇ ਕੱਟ ਕੇ, ਵੀ ਉਹ ਆਪੇ ਮੋਹਰਾਂ ਮਾਰਾਂ ਦਾ ਹਿਸਾਬ ਲਾ ਲੂਗਾ। ਇਸੇ ਤਰ੍ਹਾਂ ਨਾਲ ਕੀਤਾ ਜਿਹੜਾ ਰਿਕਵਰੀ ਕਰਨ ਆਇਆ ਸੀ। ਮਾਤਾ ਨੇ 2 ਲਾਲ ਦੇ ਤੇ, ਵੀ ਆਹ ਨੇ ਸਾਡੇ ਕੋਲ, ਇਹ ਰਾਜੇ ਨੂੰ ਇਹਦਾ ਮੁੱਲ ਪਵਾ ਲਿਓ ਜੌਹਰੀਆਂ ਦੇ। ਜਦੋਂ ਰਾਜੇ ਦੇ ਪਾਸ ਗਏ, ਰਾਜਾ ਕਹਿਣ ਲੱਗਿਆ, ਜੌਹਰੀ ਬੁਲਾਇਆ, ਕਹਿਣ ਲੱਗਿਆ ਦੇਖੋ ਤਾਂ ਲਾਲਾਂ ਦਾ ਮੁੱਲ ਕਿੰਨਾ। ਉਹ ਕਹਿਣ ਲੱਗਿਆ, ਰਾਜਨ ਇਹ ਤਾਂ ਇੱਕ ਇੱਕ ਲਾਲ ਲੱਖਾਂ ਲੱਖਾਂ ਮੋਹਰਾਂ ਦਾ। ਕਹਿੰਦਾ ਹੈ ਮਾਈ ਦੇ ਕੋਲ ਇੰਨੀ ਦੌਲਤ, ਵੀ ਉਹ ਕਹਿੰਦੀ ਹੈ 20 ਮੋਹਰਾਂ ਕੱਟ ਲਓ ਤੁਸੀਂ, ਇਹ ਤਾਂ ਲੱਖਾਂ ਮੋਹਰਾਂ ਦਾ ਇੱਕੋ ਹੀ ਲਾਲ ਹੈ, ਇੱਡਾ ਤਾਂ ਮੇਰੇ ਖਜ਼ਾਨੇ ਵਿੱਚ ਵੀ ਨਹੀਂ। ਕਹਿਣ ਲੱਗਿਆ ਵਜ਼ੀਰ ਸਾਹਿਬ, ਉਹ ਤਾਂ ਗੁਪਤ ਹੈ, ਕੋਈ ਰੱਖੀ ਚੋਰਾਂ ਚਕਾਰਾਂ ਤੋਂ ਡਰਦੀ ਬੈਠੀ, ਉਹ ਕਿਸੇ ਵੱਡੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ, ਜਾਓ ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਓ। ਰਿਸ਼ਤਾ ਕਰਨ ਜਾਂਦੇ ਨੇ, ਵਜ਼ੀਰ ਨੂੰ ਜਵਾਬ ਦੇਤਾ ਮਾਤਾ ਨੇ, ਵੀ ਅਸੀਂ ਤਾਂ ਗਰੀਬ ਹਾਂ, ਸਾਡਾ ਰਾਜੇ ਨਾਲ ਕੀ ਮੇਲ। ਜਵਾਬ ਚਲਿਆ ਗਿਆ। ਉਸ ਵੇਲੇ ਰਾਜਾ ਅਤੇ ਰਾਣੀ ਦੋਵੇਂ ਆਏ, ਦੋਹਾਂ ਨੇ ਆ ਕੇ ਦਰਵਾਜ਼ਾ ਮੰਨ ਲਿਆ, ਵੀ ਅਸੀਂ ਤਾਂ ਰਿਸ਼ਤਾ ਦੇਣਾ ਹੀ ਦੇਣਾ, ਰਿਸ਼ਤਾ ਵੀ ਨਹੀਂ ਦੇਣਾ, ਨਾਲ ਰਾਜ ਵੀ ਦਾਜ ਵਿੱਚ ਦੇਣਾ। ਉਸ ਵੇਲੇ ਵਿਆਹ ਹੋ ਗਿਆ, ਲੜਕੇ ਨੂੰ ਘਰ ਲੈ ਗਿਆ ਅਤੇ ਸਭਾ ਦੇ ਵਿੱਚ ਐਲਾਨ ਕਰਤਾ ਵੀ ਮੇਰੀ ਥਾਂ ਦੇ ਉੱਤੇ ਤਖ਼ਤ 'ਤੇ ਇਹ ਰਾਜਾ ਬੈਠੇਗਾ। ਜੋਸ਼ੀ ਮੱਥੇ ਟੇਕਦਾ, ਕਹਿੰਦਾ ਹੇ ਪ੍ਰਭੂ ਤੇਰੀ ਐਡੀ ਬੜੀ ਲੀਲਾ। ਸੋ ਨਦਰ ਸਿੱਧੀ ਕਰ ਦੇਵੇ, ਇੱਕ ਗਰੀਬ ਨੂੰ ਤਖ਼ਤ 'ਤੇ ਬਿਠਾਉਂਦਾ, ਗੁਰੂ ਨਾਨਕ ਪਾਤਸ਼ਾਹ ਕਾਬਲ ਦੇ ਅੰਦਰ ਇੱਕ ਛੋਲਿਆਂ ਦੇ ਖੇਤ ਦੇ ਨੇੜੇ ਬੈਠੇ ਨੇ, ਉੱਥੇ ਇੱਕ ਬੱਚਾ ਛੋਲਿਆਂ ਦੀ ਰਾਖੀ ਕਰ ਰਿਹਾ। ਉਹਨੇ ਦੇਖਿਆ ਵੀ 2 ਸਾਧੂ ਆਏ ਨੇ, ਆਸਣ ਇਹਨਾਂ ਨੇ ਵਿਛਾਇਆ ਨਹੀਂ ਹੈ, ਨਰਮ ਨਰਮ ਘਾਹ ਕੱਟਿਆ ਅਤੇ ਉਹਦੀ ਦਬ ਜੀ ਬਣਾ ਕੇ, ਆਸਣ ਜਿਹਾ ਬਣਾ ਕੇ ਅਤੇ ਮਹਾਰਾਜ ਦੇ ਕੋਲ ਲਿਆਇਆ। ਕਹਿੰਦਾ ਸੰਤ ਜੀ, ਤੁਸੀਂ ਪੁੰਜੇ ਬੈਠੇ ਹੋ, ਹੋਰ ਤਾਂ ਮੇਰੇ ਕੋਲ ਕੁਛ ਹੈ ਨਹੀਂ, ਅਤੇ ਆਹ ਘਾਹ ਥੱਲੇ ਲੈ ਲਓ। ਮਹਾਰਾਜ ਨੇ ਦੇਖਿਆ ਵੀ ਬੜਾ ਪਿਆਰ ਹੈ ਇਸ ਬੱਚੇ ਦਾ, ਮਦਾਨਾ ਨੂੰ ਵੀ ਦੇਤਾ, ਭਾਈ ਬਾਲੇ ਨੂੰ ਵੀ ਦੇਤਾ, ਅਤੇ ਆਪ ਚਲਿਆ ਗਿਆ, ਜਾ ਕੇ ਹੋਲਾ ਭੁੰਨ ਲਿਆਇਆ, ਸਾਫ਼ ਕਰਕੇ ਕਾਲਸ ਲਾ ਕੇ ਮਹਾਰਾਜ ਜੀ ਦੇ ਅੱਗੇ ਲਿਆ ਕੇ ਢੇਰੀ ਲਾ ਤੀ। ਕਹਿੰਦਾ ਲਓ ਸੱਚੇ ਪਾਤਸ਼ਾਹ, ਤੁਸੀਂ ਕੁਛ ਛਕਿਆ ਵੀ ਨਹੀਂ ਸਵੇਰ ਦਿਆਂ ਨੇ, ਅਤੇ ਤੁਸੀਂ ਇਹ ਛਕ ਲਓ, ਅਤੇ ਮੈਨੂੰ ਦੇਵੋ ਆ ਗਿਆ, ਅਤੇ ਮੈਂ ਤੁਹਾਡੇ ਵਾਸਤੇ, ਜਾਂ ਤਾਂ ਤੁਸੀਂ ਹੁਣ ਘਰ ਚੱਲੋ ਸਾਡੇ, ਜੇ ਨਹੀਂ ਜਾ ਸਕਦੇ ਮੈਂ ਇੱਥੇ ਲੇਫ ਲੈ ਆਉਣਾ ਵਿਛਾਉਣਾ, ਅਤੇ ਉੱਪਰ ਨੂੰ ਠੰਡ ਦਾ ਹੈਗਾ ਮੌਕਾ, ਰਜਾਈ ਵੀ ਲਿਆ ਦਿੰਦਾ। ਮਹਾਰਾਜ ਕਹਿਣ ਲੱਗੇ, ਕਾਕਾ ਇਹ ਜਿਹੜੀ ਰਜਾਈ ਹੈ ਅਤੇ ਸੱਥਰ ਹੈ, ਇਹਦੀ ਸਾਨੂੰ ਲੋੜ ਨਹੀਂ ਹੈ, ਸੱਥਰ ਤੇਰਾ ਲੇਫ ਨਿਹਾਲੀ, ਆਹ ਜਿਹੜਾ ਤਾਂ ਕੱਪੜਾ ਥੱਲੇ ਵਿਛਾਤਾ ਨਾ ਸਾਡੇ, ਇਹ ਰੂੰ ਦੇ ਵਿਛਾਉਣੇ ਨਾਲੋਂ ਅਤੇ ਉੱਪਰ ਲੈਣ ਵਾਲੀ ਰਜਾਈ ਨਾਲੋਂ ਵੀ ਵਧੀਆ। ਪਾਓ ਤੇਰਾ ਭਗਵਾਨ, ਜਿਹੜਾ ਤੂੰ ਪਿਆਰ ਦਿਖਾਇਆ ਸਾਨੂੰ, ਇਹ 36 ਪ੍ਰਕਾਰ ਦੇ ਭੋਜਨਾਂ ਨਾਲੋਂ ਵੀ ਵਧੀਆ। ਨਾਨਕ ਸਿਫਤੀ ਰਤਿਆ, ਆਓ ਬਹੁਤ ਸੁਲਤਾਨ, ਆ ਜਾ, ਤੂੰ ਤਾਂ ਬਾਦਸ਼ਾਹ ਹੈ। ਕਹਿੰਦਾ ਨਹੀਂ ਪਾਤਸ਼ਾਹ, ਮੈਂ ਤਾਂ ਇੱਕ ਗਰੀਬ ਜਿਹਾ ਮੁੰਡਾ। ਕਹਿੰਦੇ ਬਹਿ ਜਾ, ਜਾਣਾ ਨਹੀਂ। ਹੁਕਮ ਮੰਨ ਕੇ ਬਹਿ ਗਿਆ ਅਤੇ ਜਦੋਂ ਮਹਾਰਾਜ ਨੇ ਰਾਤ ਨੂੰ ਕੀਰਤਨ ਕਰਿਆ, ਉਸ ਵੇਲੇ ਬੜੇ ਪਿਆਰ ਦੇ ਨਾਲ ਸੁਣਦਾ ਰਿਹਾ। ਉਸ ਤੋਂ ਬਾਅਦ ਜਦੋਂ ਰਾਤ ਵੱਡੀ ਚਲੀ ਗਈ, ਮਹਾਰਾਜ ਕਹਿੰਦੇ ਹੁਣ ਤੂੰ ਚਲਿਆ ਜਾ, ਦਰਵਾਜ਼ੇ ਦੇ ਮੂਹਰੇ ਬੈਠ ਸੀ, ਜਦੋਂ ਦਰਵਾਜ਼ਾ ਖੁੱਲ੍ਹੇਗਾ ਤੂੰ ਇਹ ਸ਼ਹਿਰ ਦਾ ਬਾਦਸ਼ਾਹ ਹੋਏਗਾ। ਉਧਰਲੇ ਪਾਸੇ ਕੁਦਰਤ ਨੇ ਕੀ ਕਰਿਆ, ਰਾਜਾ ਮਰ ਗਿਆ। ਰਾਜੇ ਦਾ ਵਾਰਸ ਕੋਈ ਨਹੀਂ ਹੈ। ਵਜ਼ੀਰ ਨੇ ਵੱਡੇ ਨੇ ਸਾਰੇ ਬੁਲਾਏ, ਕਹਿੰਦੇ ਦੇਖੋ ਭਾਈ, ਜੇ ਆਪਣੇ ਵਿੱਚੋਂ ਕੋਈ ਬੈਠਿਆ ਨਾ, ਆਪਾਂ ਲੜ ਪਾਂਗੇ, ਇੱਥੇ ਹੀ ਖਾਨਾ ਜੰਗੀ ਹੋ ਜਾਏਗੀ, ਹੁਣ ਰੱਬ ਦੇ ਉੱਤੇ ਇਨਸਾਫ ਛੱਡੋ, ਵਾਰਸ ਕੋਈ ਇਹਨੇ ਮਿਥਿਆ ਨਹੀਂ ਸੀ ਰਾਜੇ ਨੇ, ਹੁਣ ਐਂ ਕਰੋ ਜਿਹੜਾ ਸਾਰਿਆਂ ਨਾਲੋਂ ਪਹਿਲਾਂ 2 ਵਜੇ ਦਰਵਾਜ਼ੇ 'ਤੇ ਮੂਹਰੇ ਆ ਜਾਵੇ ਬਾਹਰਲੇ 'ਤੇ,
ਇੰਨੇ ਨੰਬਰ ਗੇਟ 'ਤੇ ਜਿਹੜਾ ਆ ਜਾਵੇ ਅਤੇ ਉਹਨੂੰ ਆਪਾਂ ਬਾਦਸ਼ਾਹ ਬਣਾ ਦਾਂਗੇ, ਉਹਨੂੰ ਸਾਰੇ ਮੰਦਰ। ਅਤੇ ਮਹਾਰਾਜ ਜੀ ਨੇ ਉਸ ਬੱਚੇ ਨੂੰ ਭੇਜਤਾ ਵੀ ਜਾ ਹਾਂ, ਉਹ ਦਰਵਾਜ਼ੇ ਦੇ ਮੂਹਰੇ ਬਹਿ ਜੀ, ਜਾ ਕੇ ਦਰਵਾਜ਼ਾ ਖੁੱਲੂਗਾ ਅਤੇ ਤੂੰ ਤਖ਼ਤ 'ਤੇ ਬੈਠਾ ਹੋਏਗਾ। ਜਦੋਂ ਦਰਵਾਜ਼ਾ ਖੁੱਲ੍ਹਿਆ ਦੇਖਿਆ ਤਾਂ ਉਹ ਲੜਕਾ ਬੈਠਾ ਹੈ। ਉਸ ਵੇਲੇ ਬੈਂਡ ਵਾਜੇ ਵੱਜਣੇ ਲੱਗ ਗਏ, ਸਲਾਮੀਆਂ ਲੈਣੀਆਂ ਸ਼ੁਰੂ ਹੋਤੀਆਂ, ਵਜ਼ੀਰਾਂ ਨੇ ਆ ਕੇ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ। ਪਾਲਕੀ 'ਚ ਬਿਠਾ ਲਿਆ ਅਤੇ ਲਿਜਾ ਕੇ ਦਿਨ ਚੜ੍ਹਦੇ ਨੂੰ ਤਖ਼ਤ 'ਤੇ ਬਿਠਾ ਕੇ ਦਰਬਾਰ ਕਰ ਲਿਆ, ਨਵਾਂ ਬਾਦਸ਼ਾਹ ਸਾਡਾ ਇਹ ਹੈ। ਸੋ ਮਹਾਰਾਜ ਕਹਿੰਦੇ, ਸੱਥਰ ਤੇਰਾ ਲੇਪ ਨਿਹਾਲੀ, ਪਾਓ ਤੇਰਾ ਭਗਵਾਨ, ਨਾਨਕ ਸਿਫਤੀ ਰਤਿਆ, ਆਓ ਬਹੁ ਸਲਵਾ ਸੁਲਤਾਨ। ਸੋ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੰਗੂ ਸ਼ਾਹ, ਜੇ ਗਰੀਬੀ ਆ ਗਈ ਕੋਈ ਨਹੀਂ ਗੱਲ, ਤੂੰ ਪਰਮੇਸ਼ਰ ਦਾ ਧਿਆਨ ਕਰ, ਹੁਣ ਸਾਡਾ ਵਚਨ ਮੰਨ ਅਤੇ ਦਿੱਲੀ 'ਚ ਰਹਿ ਜਾ, ਉੱਥੇ ਜਾ ਕੇ ਕੋਠੀਦਾਰ ਬਣ ਜਾ, ਫੇਰ ਮੁੜ ਕੇ ਆਪਣਾ ਬੈਂਕ ਖੋਲ੍ਹ ਲੈ। ਪਰ ਇੱਕ ਗੱਲ ਯਾਦ ਰੱਖੀ, ਇਹ ਤੈਨੂੰ ਜਿਹੜੀ ਸੇਵ ਚੀਜ਼ ਮਿਲਣੀ ਹੈ ਉਹ ਗੁਰਸਿੱਖਾਂ ਦੀ ਸੇਵਾ 'ਚੋਂ ਮਿਲਣੀ ਹੈ, ਸੰਗਤਾਂ ਦੀ ਸੇਵਾ 'ਚੋਂ ਮਿਲਣੀ ਹੈ, ਉੱਥੇ ਜਾ ਕੇ ਤੂੰ ਸੇਵਾ ਕਰੀ ਹੈ। ਪੜ੍ਹ ਲਓ ਸਾਰੇ, ਪਿਆਰੇ ਕਰ ਸੰਗਤਾਂ ਦੀ ਸੇਵਾ, ਇੱਛਾ ਹੋਣ ਪੂਰੀ, ਪਿਆਰੇ ਕਰ ਸੰਗਤਾਂ ਯਾਦ ਰੱਖੀ, ਸਤਸੰਗਤ ਕੀ ਸੇਵਾ ਕਰੋ, ਹੋਇ ਹੈ ਦਰਬ ਨਾ ਚਿੰਤਾ ਕਰੋ। ਕਹਿੰਦੇ ਸਤਸੰਗ ਦੀ ਸੇਵਾ ਕਰੋ, ਉੱਥੇ ਜਾ ਕੇ ਸਾਧੂਆਂ ਦੀ, ਸੰਗਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਧਨ ਵੱਧ ਜਾਏਗਾ ਤੇਰਾ ਅਤੇ ਤੂੰ ਇਸ ਗੱਲ ਦੀ ਚਿੰਤਾ ਹੀ ਨਾ ਕਰ। ਪਰ ਇੱਕ ਗੱਲ ਯਾਦ ਰੱਖੀ,
ਇਹ ਧਨ ਦੇ ਇਹ ਤੈਨੂੰ ਦਿੰਦਾ ਸਾਰਾ ਹੀ ਗੁਰੂ, ਜਿੰਨਾ ਧਨ ਦਿੰਦਾ ਤੇਰੇ ਆਪਣੇ ਵੱਸ ਦੀ ਬਾਤ ਨਹੀਂ ਹੈ, ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਜਿੰਨੀ ਦੌਲਤ ਜਿੰਨਾ ਕੁਛ ਮਿਲਦਾ ਇਹ ਸਾਰਾ ਤੈਨੂੰ ਸਾਰੇ ਜੀਆਂ ਨੂੰ ਸੰਸਾਰ ਦੇ ਨੂੰ ਪਰਮੇਸ਼ਰ ਦਿੰਦਾ। ਇਹਦੇ ਵਿੱਚੋਂ ਦਸਵਾਂ ਜਿਹੜਾ ਹਿੱਸਾ ਹੈ ਉਹ ਪਰਮੇਸ਼ਰ ਦੇ ਨਿਮਿੱਤ ਜੀਵ ਨੂੰ ਕੱਢਣਾ ਚਾਹੀਦਾ। ਦਸ ਵਸਤੂ ਲਈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਏਕ ਵੀ ਨਾ ਦੇ ਦਸ ਵੀ ਹਿਰ ਲਏ ਤਾਂ ਮੂੜਾ। ਕਹਿੰਦੇ ਦੱਸੋ ਫਿਰ ਇਹ ਪਾਗਲ ਕੀ ਕਰੂਗਾ ਜੇ ਦਸਮ ਦਸੇ ਨਾ ਦਿੱਤੀਆਂ ਰੋਕ ਦਿੱਤੀਆਂ। ਸੋ ਕਹਿੰਦੇ ਗੁਰੂ ਦਾ ਨਿਮਿੱਤ ਦਸਵਾਂ ਹਿੱਸਾ ਇਹਦੇ ਚੋਂ ਕੱਢੀ ਜਾਈ ਭਾਈ। ਇਹ ਜਿਹੜੇ ਵਿਘਨ ਹੁੰਦੇ ਨੇ ਕਮਾਈ ਦੇ, ਇਹ ਜਦੋਂ ਦਸਵਾਂ ਹਿੱਸਾ ਗੁਰੂ ਦੀ ਭੇਟ ਕਰਦੇ ਆ ਉਹ ਵਿਘਨ ਸਾਰੇ ਹੀ ਲੈ ਜਾਂਦੇ। ਜਿਹੜੇ ਧਨ ਦੇ ਚਾਰ ਹਿੱਸੇਦਾਰ ਹੁੰਦੇ ਨੇ, ਇੱਕ ਤਾਂ ਹੋਇਆ ਕਰਦਾ ਗੁਰੂ ਧਰਮ ਜਿਹਨੂੰ ਕਹਿੰਦੇ ਨੇ, ਇਹਦੇ ਨੂੰ ਦਿੱਤੇ ਤੇ ਤਾਂ ਧਨ ਵੱਧਦਾ ਹੈ ਅਤੇ ਦਲਿੱਦਰ ਦਾ ਨਾਸ਼ ਹੁੰਦਾ ਹੈ ਅਤੇ ਸੁੱਖਾਂ ਦਾ ਵਾਧਾ ਹੁੰਦਾ। ਜੇ ਨਾ ਕੱਢੋ ਗੁਰੂ ਦੇ ਨਿਮਿੱਤ, ਫਿਰ ਕਹਿੰਦੇ ਤਿੰਨ ਭਰਾ ਇਹਦੇ ਪੁਲਿਸ ਮੰਗਣ ਆ ਕੇ ਚਿੰਬੜ ਜਾਂਦੇ ਨੇ। ਇੱਕ ਤਾਂ ਹੈਗਾ ਬਿਮਾਰੀ, ਬਿਮਾਰੀਆਂ ਲੱਗ ਜਾਣਗੀਆਂ, ਡਾਕਟਰਾਂ ਨੂੰ ਦੇਈ ਜਾਓ ਪੈਸੇ ਜਿੰਨੇ ਜੀ ਕਰਦੇ, ਨਾਲੇ ਆਪ ਹੈ ਨਾਲੇ ਪੈਸੇ ਖਰਚ ਹੁੰਦੇ ਨੇ, ਲੇਖੇ ਕਿਸੇ ਨਹੀਂ ਪੈਂਦੇ। ਦੂਸਰਾ ਹੋਇਆ ਕਰਦਾ ਰਾਜ ਡਨ, ਡਨ ਲੱਗ ਜਾਣਾ। ਤੀਸਰਾ ਹੁੰਦਾ ਕਲੈਮਿਟੀ, ਆਫਤ ਆ ਜਾਣੀ ਕੋਈ, ਚਾਹੇ ਚੋਰ ਚੱਕਾ ਆ ਜਾਵੇ, ਚਾਹੇ ਡਾਕੂ ਆ ਜਾਵੇ, ਚਾਹੇ ਗੜੇ ਪੈ ਜਾਣ, ਚਾਹੇ ਅੱਗ ਲੱਗ ਜਾਵੇ, ਚਾਹੇ ਕੁਛ ਹੋਰ ਹੋ ਜਾਵੇ। ਇਹ ਧਨ ਦੇ ਚਾਰ ਹਿੱਸੇਦਾਰ ਨੇ। ਸੋ ਮਹਾਰਾਜ ਕਹਿੰਦੇ ਜਿਹੜਾ ਦਸਵੰਧ ਹੈ ਨਾ ਦਸਵਾਂ ਹਿੱਸਾ, ਉਹ ਗੁਰੂ ਦੇ ਨਿਮਿੱਤ ਦਿੰਦਾ ਜਾਏ, ਤੇਰਾ ਧਨ ਵੱਧਦਾ ਜਾਓ। ਤਨਖਾਹ ਨਾਵੇਂ 'ਚ ਭਾਈ ਨੰਦ ਲਾਲ ਜੀ ਨੂੰ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਦਸਵੰਧ ਗੁਰੂ ਨੇ ਦੇਵਈ, ਝੂਠ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਜੀ, ਤਿਛਕ ਤਿਸਕਾ ਕਛ ਨਾ ਵਿਸਾਹੇ। ਧਨ ਛੱਲਾਂ ਤਾਂ ਮਾਰਦਾ, ਗਰੀਬ ਦੇ ਕੋਲ ਜਦ ਧਨ ਆਉਂਦਾ ਉਹ ਫਿਰ ਪੈਸੇ ਨੂੰ ਸਾਂਭ ਸਾਂਭ ਜੋੜ ਜੋੜ ਰੱਖਦਾ, ਗੁਰੂ ਦਾ ਚੇਤਾ ਭੁੱਲ ਜਾਂਦਾ, ਉਹਦੇ ਨਹੀਂ ਯਾਦ ਰਹਿੰਦਾ ਵੀ ਗੁਰੂ ਦਾ ਵੀ ਹਿੱਸਾ ਇਹਦੇ 'ਚ। ਵੱਧਦਾ ਧਨ ਵਧੀ ਜਾਂਦਾ, ਕਿਸੇ ਸੇਵਾ ਦਾ ਫਲ ਹੁੰਦਾ। ਜਦ ਮੈਂ ਗੁਰੂ ਦੇ ਨਿਮਿੱਤ ਕੱਢਦਾ ਫਿਰ ਉਹਦੇ 'ਚ ਦੋਸ਼ ਪੈਣੇ ਸ਼ੁਰੂ ਹੋ ਜਾਂਦੇ, ਫਿਰ ਟੱਪਦਾ ਫਿਰ ਨੱਠਦਾ, ਪਤਾ ਨਹੀਂ ਲੱਗਦਾ ਵੀ ਮੈਂ ਬਿਮਾਰ ਕਿਉਂ ਹੋ ਗਿਆ, ਵਿਘਨ ਕਿਉਂ ਆ ਗਿਆ, ਆਹ ਕੰਮ ਮੇਰਾ ਉਲਟਾ ਕਿਉਂ ਹੋ ਗਿਆ। ਸੋ ਦਸ ਨੱਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਤਨ ਘਰ ਮੇ ਆਵੇ, ਤਿਸ ਤੇ ਗੁਰਦ ਸੌਂਦ ਜੋ ਦੇਈ, ਸਿੰਘ ਸੋ ਯਸ ਬਹੁ ਜਗ ਮੇ ਲਈ। ਇਹ ਰਹਿਤਨਾਵਾਂ ਭਾਈ ਦੇਸਾ ਸਿੰਘ ਦੇ ਅੰਦਰ ਫੁਰਮਾਨ ਹੈ। ਜੋ ਆਪਣੀ ਕਛ ਕਰੇ ਕਮਾਈ, ਗੁਰਹਿਤ ਦੇਹੋ ਦਸਵੰਧ ਬਣਾਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਸਮਝਾ ਤਾ ਬਈ ਤੂੰ ਦਿੱਲੀ ਚਲੇ ਜਾ, ਜਾ ਜਾ ਕੇ ਕੋਠੇਦਾਰ ਫੇਰ ਬਣ ਜਾ। ਦਿੱਲੀ ਚਲਿਆ ਜਾਂਦਾ, ਕੁਝ ਦਿਨ ਲੰਘ ਗਏ, ਸੰਗਤਾਂ ਦੀ ਸੇਵਾ ਕਰਦਾ, ਥੋੜ੍ਹੇ ਦਿਨਾਂ ਤੋਂ ਬਾਅਦ ਮਕਾਨ ਲੈ ਲਿਆ ਇੱਕ ਕਿਰਾਏ 'ਤੇ, ਕੋਠੀ ਲੈ ਲਈ ਕਿਰਾਏ 'ਤੇ, ਫੱਟਾ ਲਾ ਦਿੱਤਾ ਬਾਹਰ ਵੀ ਹੁੰਡੀਦਾਰ ਹੈ ਗੰਗੂਸ਼ਾ, ਜਿਵੇਂ ਬੈਂਕ ਦਾ ਫੱਟਾ ਲੱਗ ਜਾਂਦਾ। ਤਾਂ ਉਸ ਵੇਲੇ ਇੱਕ ਮੁਗਲ ਜਿਸਨੇ ਲਾਹੌਰ ਜਾਣਾ ਸੀ ਅਤੇ ਉਹਦੇ ਕੋਲ 1,00,000 ਮੋਹਰ ਸੀ, 1,00,000 ਮੋਹਰ ਐਂ ਸਮਝ ਲਓ ਵੀ 50-60 ਲੱਖ ਰੁਪਈਆ ਸੀ ਉਹਦਾ, ਉਹ ਨਾਲ ਤਾਂ ਲਿਜਾ ਨਹੀਂ ਸੀ ਸਕਦਾ, ਅਤੇ ਉਹ ਚਾਹੁੰਦਾ ਸੀ ਵੀ ਮੈਂ ਹੁੰਡੀ ਬਣਵਾ ਲਵਾਂ, ਡਰਾਫਟ ਬਣਵਾ ਲਵਾਂ। ਅਤੇ ਉਹ ਇਕੱਲੇ ਕੋਠੀਦਾਰ ਕੋਲ ਗਿਆ, ਜਦੋਂ ਉਹਦੀ ਰਕਮ ਦੇਖਣ ਵੀ ਐਡੀ ਬੜੀ ਰਕਮ ਆ, ਲਾਹੌਰ ਅਸੀਂ ਕਿਵੇਂ ਪਹੁੰਚਾਵਾਂਗੇ, ਭਾਵੇਂ ਕਮਿਸ਼ਨ ਵਿੱਚੋਂ ਲੈਣਾ ਹੀ ਹੁੰਦਾ ਇਹਨਾਂ ਨੇ, ਪਰ ਵੱਡੀ ਰਕਮ ਕਰਕੇ ਡਰਦੇ ਸੀ। ਤਾਂ ਉਹ ਫਿਰਦਾ ਫਿਰਦਾ ਜਦ ਕਿਸੇ ਨੇ ਵੀ ਉਹਦਾ ਕੰਮ ਨਾ ਕਰਿਆ ਤਾਂ ਗੰਗੂ ਸ਼ਾਹ ਦੇ ਕੋਲ ਆਇਆ, ਇਹਨੇ ਕਿਹਾ ਠੀਕ ਹੈ ਭਾਈ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਿਆ ਕਿ ਪਾਤਸ਼ਾਹ ਹੁਣ ਤੈਂ ਸਹਾਇਤਾ ਕਰਨੀ ਹੈ, ਰਕਮ ਬਹੁਤ ਵੱਡੀ ਹੈ, ਪਹਿਲਾਂ ਹੀ ਜਿਹੜਾ ਕੰਮ ਮੈਨੂੰ ਮਿਲਿਆ ਉਹ ਲੱਖਾਂ ਦਾ ਮਿਲਿਆ ਅਤੇ ਕਮਿਸ਼ਨ ਵੀ ਇਹਦੇ ਵਿੱਚ ਹਜ਼ਾਰਾਂ ਦਾ ਹੀ ਹੈ। ਉਸ ਵੇਲੇ ਕਹਿਣ ਲੱਗਿਆ ਵੀ ਠੀਕ ਹੈ ਮੈਂ ਹੁੰਡੀ ਕਰ ਦਿੰਦਾ, ਹੁੰਡੀ ਲਿਖ ਦਿੱਤੀ। ਕਹਿੰਦਾ ਕਿੱਦਣ ਜਾਣਾ, ਉਹਨੇ ਕਿਹਾ ਵੀ ਫਲਾਣੇ ਦਿਨ ਜਾਣਾ। ਉਸ ਤੋਂ ਪਹਿਲਾਂ ਹੀ ਇਹ ਗੰਗੂ ਸ਼ਾਹ ਨੇ ਸਾਰਾ ਧਨ ਲਾਹੌਰ ਪਹੁੰਚਾ ਦਿੱਤਾ। ਇਹ ਜਦ ਮੁਗਲ ਉੱਥੇ ਗਿਆ, ਜਾ ਕੇ ਇਹਨੇ ਹੁੰਡੀ ਦਿੱਤੀ, ਉਹਨੇ ਉਸੇ ਵੇਲੇ ਕੈਸ਼ ਕਰ ਦਿੱਤੀ, ਡਰਾਫਟ ਤੋੜ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ
ਇਹਦਾ ਕੰਮ ਚੱਲ ਪਿਆ। ਮਸ਼ਹੂਰੀ ਹੋ ਗਈ ਕਿ ਬਹੁਤ ਵੱਡਾ ਸ਼ਾਹ ਆ ਗਿਆ ਦਿੱਲੀ ਦੇ ਅੰਦਰ, ਜਿਹੜਾ ਬੜੀਆਂ ਬੜੀਆਂ ਹੁੰਡੀਆਂ ਕੈਸ਼ ਕਰਾ ਦਿੰਦਾ, ਡਰਾਫਟ ਦੇ ਦਿੰਦਾ। ਇੰਨਾ ਕੰਮ ਚੱਲਿਆ ਇਹਦਾ, ਆਪਣੇ ਆਪ ਨੂੰ ਵੀ ਭੁੱਲ ਗਿਆ। ਗੁਰੂ ਤਾਂ ਕਿੱਥੇ ਯਾਦ ਰਹਿਣਾ ਸੀ, ਆਪਣੇ ਆਪ ਨੂੰ ਵੀ ਭੁੱਲ ਗਿਆ। ਜਦ 3-4 ਸਾਲ 5 ਸਾਲ ਲੰਘ ਗਏ, ਇੱਕ ਬ੍ਰਾਹਮਣ ਦਿੱਲੀ ਦਾ ਗੁਰੂ ਮਹਾਰਾਜ ਦੇ ਪਾਸ ਆਇਆ, ਕਹਿਣ ਲੱਗਿਆ ਪਾਤਸ਼ਾਹ ਮੈਨੂੰ ਕਿਤੋਂ ਵੀ ਪੈਸਾ ਨਹੀਂ ਮਿਲਦਾ, ਅਤੇ ਮੇਰੀ ਜਵਾਨ ਲੜਕੀ ਹੈ ਉਹਦਾ ਵਿਆਹ ਜਿੰਨੀ ਦੇਰ ਤੱਕ ਮੈਂ ਨਹੀਂ ਕਰ ਦਿੰਦਾ ਉੰਨੀ ਦੇਰ ਤੱਕ ਮੈਨੂੰ ਚੈਨ ਨਹੀਂ ਆਉਂਦੀ। ਮੈਨੂੰ ਤਾਂ ਨਾ ਦਿਨੇ ਚੈਨ ਹੈ ਨਾ ਰਾਤ ਨੂੰ ਨੀਂਦ ਆਉਂਦੀ ਹੈ, ਅਤੇ ਪੈਸਾ ਕਿਸੇ ਥਾਂ ਤੋਂ ਮਿਲਦਾ ਨਹੀਂ ਹੈ। ਕਿਰਪਾ ਕਰੋ, ਮੈਂ ਆਪਦੀ ਸ਼ਰਨ ਆਇਆ, ਆਪ ਮੇਰੀ ਲੜਕੀ ਨੂੰ ਦਰੋਂ ਉਠਾਲਣ ਦਾ ਕੋਈ ਸਾਧਨ ਦੱਸੋ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿੱਥੇ ਰਹਿੰਦੇ ਤੂੰ ਬ੍ਰਾਹਮਣ ਦੇਵਤਾ? ਕਹਿੰਦਾ ਮਹਾਰਾਜ ਮੈਂ ਦਿੱਲੀ ਰਹਿਣਾ, ਅਤੇ ਮੈਂ ਇੰਨਾ ਨਿਰਧਨ ਹਾਂ ਕਿ ਕਿਸੇ ਨੇ ਮੇਰੀ ਮਦਦ ਨਹੀਂ ਕਰੀ। ਮਹਾਰਾਜ ਨੇ ਸਾਰਾ ਹਿਸਾਬ ਕਿਤਾਬ ਜੋੜਿਆ, ਕਹਿਣ ਲੱਗੇ ਜਾਓ ਉੱਥੇ ਇੱਕ ਸਾਡਾ ਹੁੰਡੀਦਾਰ ਹੈ, ਸ਼ਾਹ ਹੈ, ਉਹਦਾ ਨਾਮ ਗੰਗੂ ਸ਼ਾਹ ਹੈ, ਅਤੇ ਉਹਦੇ ਕੋਲਾ ਸਾਡਾ ਪਰਵਾਨਾ ਲੈ ਜਾਓ, ਅਤੇ ਉਹ ਤੁਹਾਨੂੰ 50 ਰੁਪਈਏ ਦੇ ਦੇਗਾ, ਇਹਦੇ ਨਾਲ ਵਿਆਹ ਬੜੀ ਭਲੀ ਭਾਂਤ ਹੋ ਜਾਏਗਾ, ਜਾਓ ਤੁਸੀਂ ਫਿਕਰ ਨਾ ਕਰੋ। ਇਹ ਜਿਸ ਵਕਤ ਚੱਲਦਾ ਪਰਵਾਨਾ ਲੈ ਕੇ ਉੱਥੇ ਪਹੁੰਚਦਾ ਹੈ, ਉਸ ਵੇਲੇ ਗੰਗੂ ਸ਼ਾਹ ਨੇ ਦੇਖਿਆ ਕਿ ਇੱਕ ਗਰੀਬ ਜਿਹਾ ਬੰਦਾ ਆ ਗਿਆ ਅਤੇ ਹੱਥ ਵਿੱਚ ਕੋਈ ਕਾਗਜ਼ ਹੈ। ਅੰਦਾਜ਼ਾ ਲਾਇਆ ਵੀ ਇਹ ਤਾਂ ਬਿਲਕੁਲ ਨਿਰਧਨ ਬੰਦਾ ਹੈ, ਇਹ ਕਿਤੇ ਨਕਲੀ ਹੁੰਡੀ ਨਾ ਲਈ ਫਿਰਦਾ ਹੋਵੇ। ਕੌਣ ਬੰਦਾ ਹੈ ਜਿਹਨੇ ਇਹਨੂੰ ਹੁੰਡੀ ਦੇ ਦਿੱਤੀ? ਅਤੇ ਜਦੋਂ ਕਾਰੋਬਾਰ ਜ਼ਰੂਰੀ ਕਰ ਲਿਆ, ਇਹ ਵਿਚਾਰਾ ਖੜਾ ਉਡੀਕਦਾ ਹੈ, ਅਤੇ ਜਦੋਂ ਇਕੱਲਾ ਹੀ ਰਹਿ ਗਿਆ, ਉਸ ਵੇਲੇ ਕਹਿਣ ਲੱਗਿਆ ਵੀ ਤੂੰ ਕਿਵੇਂ ਖੜਾ? ਕਹਿਣ ਲੱਗਿਆ ਮੇਰੇ ਕੋਲ ਹੁੰਡੀ ਹੈ ਅਤੇ ਮੈਂ ਤੜਾਉਣੀ ਹੈ। ਕਹਿਣ ਲੱਗਿਆ ਦਿਖਾ ਤਾਂ। ਜਿਸ ਵਕਤ ਹੁੰਡੀ ਪੜ੍ਹੀ, ਗੁਰੂ ਅਮਰਦਾਸ ਮਹਾਰਾਜ ਦੀ ਮੋਹਰ ਲੱਗੀ ਹੋਈ ਆ ਉੱਥੇ, ਧਿਆਨ 'ਚ ਆ ਗਿਆ ਵੀ ਇੱਕ ਵਾਰੀ ਮੈਂ ਗਰੀਬੀ ਦਾ ਮਾਰਿਆ ਹੋਇਆ ਗੋਇੰਦਵਾਲ ਸਾਹਿਬ ਗਿਆ ਸੀਗਾ, ਕੰਮ ਤਾਂ ਮੈਂ ਹੀ ਕਰਿਆ ਨਾ ਆ ਕੇ, ਗੁਰੂ ਐਵੇਂ ਖਾਮ ਕਾ ਮੈਨੂੰ 10ਵੇਂ ਹਿੱਸੇ 'ਤੇ ਕਾਬਜ ਹੋ ਗਏ, ਕੰਮ ਤਾਂ ਸਾਰਾ ਹੀ ਮੈਂ ਕਰਿਆ, ਗੁਰੂ ਨੇ ਤਾਂ ਕੁਛ ਵੀ ਨਹੀਂ ਇੱਥੇ ਆ ਕੇ ਕਰਿਆ, ਮੈਨੂੰ ਤਾਂ ਉਹ ਲੱਖ ਦੀ ਮੁੰਡੀ ਜਿਹੜੀ ਹੁੰਡੀ ਸੀ ਉਹਨੇ ਹੀ ਮੇਰੇ ਪੈਰ ਬੰਨ ਦਿੱਤੇ। ਮਹਾਰਾਜ ਕਹਿੰਦੇ ਕੀ ਹੁੰਦਾ ਹੈ, ਮਾਇਆ ਦਾ ਅਸਰ ਹੈ ਪ੍ਰੇਮੀਓ, ਪੜ੍ਹੋ ਐ। ਮਨਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣੇ, ਆਹ
ਜਾਤ ਪਿਆਰੀ ਵਿਸਰਿਆ ਦਾਤਾਰ। ਉਹ ਲੱਗਿਆ ਗੁਰੂ ਨੂੰ, ਕਹਿੰਦਾ ਇੱਕ ਵਾਰੀ ਮੈਂ ਗਿਆ ਤਾਂ ਸੀ ਗੋਇੰਦਵਾਲ, ਗੁਰੂ ਦਾ ਗੁਰੂ ਦੀ ਵੀ ਯਾਦਦਾਸ਼ਤ ਬੜੀ ਜ਼ਬਰਦਸਤ ਹੈ, ਯਾਦ ਰੱਖੀ ਬੈਠੇ ਨੇ ਮੇਰਾ ਨਾਂ ਅਤੇ ਦਿੱਲੀ ਦਾ ਵੀ ਪਤਾ ਯਾਦ ਰੱਖਿਆ। ਕਿੰਨਾ ਬੇਮੁੱਖ ਹੋ ਗਿਆ ਗੁਰੂ ਤੋਂ ਸਾਸ ਨੂੰ, ਸਭ ਗੱਲਾਂ ਭੁੱਲ ਗਿਆ, ਨਏ ਨੰਗੀ ਖਵਾਜਾ ਵਿਸਰਿਆ। ਇੱਕ ਬੰਦਾ ਖਜੂਰ ਵੱਲ ਦੇਖਦਾ ਹੈ ਅਤੇ ਉੱਤੇ ਫਲ ਲੱਗਿਆ ਹੋਇਆ, ਜੀ ਲਲਚਾਇਆ, ਖਜੂਰ ਬਹੁਤ ਉੱਚੀ ਹੈ, 60-70 ਫੁੱਟ ਉੱਚੀ, ਉੱਤੇ ਚੜ੍ਹ ਗਿਆ। ਜਦ ਸਿਰੇ ਪਹੁੰਚਿਆ ਲੱਤਾਂ ਕੰਬਣ ਲੱਗ ਗਈਆਂ, ਹੱਥ ਵੀ ਕੰਬਣ ਲੱਗ ਗਏ। ਉਹਨੇ ਕਿਹਾ ਓਏ ਫਲ ਤੋੜਦਾ ਤਾਂ ਮੈਂ ਮਰ ਜੂੰਗਾ, ਮੈਂ ਤਾਂ ਥੱਲੇ ਉਤਰਨ ਦਾ ਕੋਈ ਸਾਧਨ ਕਰਾਂ, ਲੱਤਾਂ ਸਾਥ ਨਹੀਂ ਦੇ ਰਹੀਆਂ, ਹੱਥ ਝੂਠੇ ਪੈਂਦੇ ਜਾਂਦੇ ਨੇ, ਉਹ ਖੁੰਗਰੀਆਂ ਜਿਹੜੀਆਂ ਨੇ ਉਹ ਪੈਰਾਂ ਵਿੱਚ ਚੁੱਭਦੀਆਂ ਨੇ। ਕਹਿਣ ਲੱਗਿਆ ਹੇ ਦੇਵੀ ਮਾਤਾ, ਜੇ ਤੂੰ ਮੈਨੂੰ ਥੱਲੇ ਲਾ ਦੇਵੇਂ ਨਾ ਤਾਂ 25 ਰੁਪਈਏ ਦਾ ਪ੍ਰਸ਼ਾਦ ਕਰਾਂ। ਭਰੋਸਾ ਆਇਆ, ਅੱਧ ਤੱਕ ਆ ਗਿਆ, ਦੇਖਿਆ ਆਪਣੇ ਆਪ ਨੂੰ ਤੋਲਿਆ ਵੀ ਹੁਣ ਤਾਂ ਮੈਂ ਥੱਲੇ ਉਤਰ ਜੂ। ਕਹਿਣ ਲੱਗਿਆ ਵੀ 25 ਦਾ ਪ੍ਰਸ਼ਾਦ ਤਾਂ ਅੱਜ ਤਾਈਂ ਕਿਸੇ ਨੇ ਕਰਾਇਆ ਹੀ ਨਹੀਂ, ਰੁਪਈਏ ਦਾ ਤਾਂ ਆਉਂਦਾ 5 ਸੇਰ ਘਿਓ ਜਾਂ 5 ਸੇਰੇ ਆਉਂਦਾ ਸੀ, 5 ਸੇਰੇ ਚੀਨੀ ਆਉਂਦੀ। ਕਹਿਣ ਲੱਗਿਆ ਵੀ ਫਿਰ 12.5 ਦਾ ਥੋੜ੍ਹਾ, ਚੌਥਾ ਹਿੱਸਾ ਰਹਿ ਗਿਆ। ਕਹਿੰਦਾ 12.5 ਦਾ ਤਾਂ ਖਾਣ ਨੂੰ ਸੈਂਕੜੇ ਬੰਦੇ ਚਾਹੀਦੇ ਨੇ, 6.25 ਦਾ ਬਹੁਤ ਹੈ। ਹੋਰ ਥੱਲੇ ਉਤਰਿਆ ਆ, ਜਦੋਂ ਰਹਿ ਗਿਆ 15 ਕੁ ਫੁੱਟ, ਕਹਿੰਦਾ ਦੇਖੋ ਪ੍ਰਸ਼ਾਦ ਜਾਂ ਤਾਂ 5 ਦਾ ਕਰਾਉਂਦੇ ਨੇ ਜਾਂ 2.5 ਦਾ ਕਰਾਉਂਦੇ ਨੇ, ਆਹ 6 ਦਾ ਕਿਹੜਾ ਹਿਸਾਬ ਹੈ? ਕਹਿੰਦਾ 2.5 ਦਾ ਫਿਰ ਦੇ ਦਾਂਗੇ। ਜਦ ਰਹਿ ਗਿਆ ਗੱਜ 2 ਗੱਜ, ਕਹਿੰਦਾ 2.5 ਦਾ ਵੀ ਨਹੀਂ, 1.25 ਦਾ ਹੀ ਬਹੁਤ ਹੈ, ਉੱਥੇ ਪਾਂਡਿਆਂ ਨੇ ਹੀ ਖਾਣਾ, ਲੋਕਾਂ ਨੇ ਹੀ ਖਾਣਾ, 1.25 ਥੋੜ੍ਹਾ। ਜਦ ਗੱਜ ਰਹਿ ਗਿਆ, ਉੱਥੋਂ ਹਿੰਮਤ ਕਰੀ, ਹੇਠਾਂ ਵਾਇਆ ਹੋਇਆ ਸੀ, ਛਾਲ ਮਾਰੀ ਜ਼ੋਰ ਨਾਲ, ਹੇਠਾਂ ਨੂੰ ਨਹੀਂ ਉਤਰਿਆ, ਫਿਰ ਗੱਜ ਛਾਲ ਮਾਰੀ, ਕੱਪੜੇ ਝਾੜ ਕੇ ਉੱਠ ਖੜਿਆ। ਕਹਿੰਦਾ ਲੈ ਦੇਵੀ ਮਾਤਾ, ਨਾ ਮੁੜ ਕੇ ਖਜੂਰ 'ਤੇ ਚੜ੍ਹੀਏ ਅਤੇ ਨਾ ਤੇਰਾ ਪ੍ਰਸ਼ਾਦ ਕਰਾਈਏ। ਇਹਨਾਂ ਨੂੰ ਮਨਮੋਹ ਕਹਿੰਦੇ ਨੇ, ਸੁੱਖਾਂ ਸੁੱਖ ਲੈਣੀਆਂ। ਉਹ ਕਹਿਣਾ ਜੀ ਮੇਰਾ ਤਾਂ ਫਲਾਣੇ ਥਾਂ 'ਤੇ ਕੰਮ ਹੋਇਆ ਸੀ। ਇੱਕ ਬੰਦਾ ਬਹੁਤ ਗਰੀਬ ਸੀ, ਬਹੁਤ ਜ਼ਿਆਦਾ ਗਰੀਬ, ਅਸੀਂ ਮਹਾਰਾਜ ਜੀ ਨਾਲ ਉਹਦਾ ਮਹਾਰਾਜ ਜੀ ਦੇ ਪਾਸ ਪੇਸ਼ ਕਰਦਾ ਵੀ ਗਰੀਬ ਬਹੁਤ ਹੈ। ਕਹਿੰਦੇ ਵੀ ਇਹਦੀ ਗਰੀਬੀ ਕਿਉਂ ਭਾਈ? ਕਹਿੰਦੇ ਮੈਂ ਕਿਹਾ ਮਹਾਰਾਜ ਬੰਦਾ ਬਹੁਤ ਚੰਗਾ ਹੈ, ਕਈ ਵਾਰੀ ਮੈਂ ਮਹਾਰਾਜ ਜੀ ਦੇ ਕੋਲ ਲੈ ਗਿਆ, ਮਹਾਰਾਜ ਨੇ ਵਚਨ ਕਰਤਾ ਇੱਕ ਦਿਨ ਸਹਿ ਸਵਾ, ਕਹਿੰਦੇ ਆਓ ਰਾਗਾ ਸਿੰਘ ਜੀ, ਮਹਾਰਾਜ ਇਹਨਾਂ ਨੂੰ ਐਂ ਨਹੀਂ ਪਤਾ ਵੀ ਖੱਬੇ ਹੱਥ ਨਾਲ ਸੁਰਾਂ ਦੱਬੀ ਦੀਆਂ ਸੱਜੇ ਨਾਲ। ਮਹਾਰਾਜ ਜੀ ਚੁੱਪ ਕਰਕੇ ਐਡਾ ਵਧੀਆ ਕੀਰਤਨੀਆ ਬਣਿਆ, ਕਮਾਲ ਦਰਜੇ ਦਾ। ਉਹਦੇ ਬਾਅਦ ਗਰੀਬੀ ਦੂਰ ਨਾ ਹੋਈ, ਜੇ ਪੈਸੇ ਮੰਗ ਲੈਣੇ ਜ਼ੋਰ ਨਾਲ ਤਨਖਾਹ ਖੋਲਦੇ ਸੀ ਤਾਂ ਰਿਕਵਰੀ ਹੁੰਦੀ ਸੀ, ਨਹੀਂ ਹੁੰਦੀ ਨਹੀਂ। ਮਹਾਂਪੁਰਸ਼ਾਂ ਦੇ ਚਰਨਾਂ 'ਚ ਹਾਜ਼ਰ ਹੋ ਗਏ, ਉੱਥੇ ਹੀ ਬੈਠੇ ਸੀ ਆਹ ਕੋਕੇ ਕੋਲੇ ਵਾਲੇ। ਜਦੋਂ ਦਿਆਲ ਹੁੰਦੇ ਨੇ ਫਿਰ ਦੇਖਦੇ ਨਹੀਂ ਵੀ ਇਹ ਗਰੀਬ ਨੂੰ ਥੋੜ੍ਹਾ ਦੇਣਾ ਕਿ ਬਹੁਤਾ ਦੇਣਾ। ਕਹਿੰਦੇ ਲਓ ਭਾਈ ਇਹਨੂੰ ਕੋਈ ਏਜੰਸੀ ਦੇ ਦਿਓ ਤੁਸੀਂ। ਉਹਨਾਂ ਨੇ ਏਜੰਸੀ ਦੇ ਤੀ, ਉਹਨਾਂ ਦਿਨਾਂ 'ਚ 20,000 ਰੁਪਈਆ ਬਚਣ ਲੱਗ ਗਿਆ, ਜਦ ਪੈਸੇ ਦੀ ਵੈਲਿਊ ਬਹੁਤ ਸੀ। ਉਹ ਜਦ ਪੈਸਾ ਚੰਗਾ ਹੀ ਹੋ ਗਿਆ, ਇੱਕ ਵਾਰੀ ਗੱਲਬਾਤ ਚੱਲਦੀ ਹੈ, ਕੋਈ ਮਹਾਤਮਾ ਬੈਠੇ ਅਤੇ ਉੱਥੇ ਗੱਲ ਚੱਲ ਪਈ, ਮੈਂ ਕਿਹਾ ਇਹਨਾਂ ਦੇ ਉੱਤੇ ਤਾਂ ਮਹਾਰਾਜ ਜੀ ਨੇ ਕਿਰਪਾ ਕਰੀ ਹੈ ਤਾਂ ਇਹਨਾਂ ਦਾ ਕੰਮ ਚੱਲਿਆ। ਕਹਿੰਦਾ ਲੈ ਮਹਾਰਾਜ ਨੇ ਕਰੀ ਹੈ, ਮਹਾਰਾਜ ਨੇ ਤੇਰੇ 'ਤੇ ਨਾ ਕਰਤੀ। ਮੈਂ ਕਿਹਾ ਮੈਂ ਤਾਂ ਕਦੇ ਮੰਗਦਾ ਹੀ ਨਹੀਂ ਮਹਾਰਾਜ 'ਤੇ। ਕਹਿੰਦਾ ਉਹ ਤਾਂ ਉੱਥੇ ਬੈਠੇ ਸੀਗੇ, ਉਹਨਾਂ ਨੇ ਮਾੜਾ ਜਿਹਾ ਕਹਿਤਾ। ਕਹਿੰਦਾ ਮੈਂ ਕੰਮ ਕਰ ਰਿਹਾ ਤਾਂ ਹੀ ਮੇਰਾ ਕੰਮ ਚੱਲਿਆ। ਇੰਨਾ ਬੰਦਾ ਭੁੱਲ ਜਾਂਦਾ ਨਾ, ਹੈਰਾਨੀ ਦੀ ਗੱਲ ਹੈ, ਇੰਨਾ ਭੁੱਲਿਆ। ਕਹਿੰਦਾ ਇੱਕ ਵਾਰੀ ਮੈਂ ਗੋਇੰਦਵਾਲ ਗਿਆ ਤਾਂ ਸੀ, ਕਿਉਂਕਿ ਮੋਹ ਲਿਆ ਮਾਇਆ ਨੇ ਸਾਧ ਸਿੰਘ ਜੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜੱਗ ਮੋਹਿਆ, ਬਿਰਲਾ ਬੂਝੇ ਕੋਈ 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 ਬਿਰਲਾ ਬੰਦਾ ਪੁੱਛਦਾ ਵੀ ਮਾਇਆ ਕਿਵੇਂ ਵਾਰ ਕਰਦੀ ਹੈ, ਅਤੇ ਭੁੱਲ ਜਾਂਦਾ ਬੰਦਾ, ਕੁਛ ਯਾਦ ਨਹੀਂ ਰਹਿੰਦਾ, ਯਾਦਾਸ਼ਤ ਤੋਂ ਹੀ ਭੁਲਾ ਦਿੰਦਾ। ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਮਹਾਰਾਜ ਨੇ ਲਿਖੇ ਰਜਤ ਪਣ ਦੇ ਉਹ 50 ਲਿਖ ਦਿੱਤੀ ਚਿੱਠੀ, ਵੀ ਇਹਨੂੰ 50 ਰੁਪਈਏ ਦੇ ਦੀ ਭਾਈ, ਗੰਗੋ ਪਰ ਹੁੰਡੀ ਕਰ ਦੀਨ। ਗੰਗੋ ਸ਼ਾਹ ਦੇ ਉੱਤੇ ਹੁੰਡੀ ਕਰਤੀ ਮਹਾਰਾਜ ਨੇ, ਕਿਉਂਕਿ ਮਹਾਰਾਜ ਦਾ ਤਾਂ ਧਨ ਸਾਰਿਆਂ ਦੇ ਕੋਲ ਜਮਾ ਸਭ ਦੇ ਕੋਲ, ਜਿਹੜਾ ਮਹਾਰਾਜ ਦੇ
ਧਨ ਨੂੰ ਲੈ ਕੇ ਮੁਕਰਦਾ ਹੈ ਉਹ ਤਾਂ ਫਿਰ ਬਹੁਤ ਗਲਤ ਬੰਦਾ ਹੈ। ਪਹੁੰਚਿਓ ਪੁਰਕਾਰ ਜਬ ਦੋਯੋ, ਕਾਗਜ਼ ਦੇ ਦਿੱਤਾ, ਪਹੁੰਚਿਓ ਪੁਰ, ਉੱਥੇ ਪਹੁੰਚ ਗਿਆ ਦਿੱਲੀ, ਕਾਗਜ਼ ਜਾ ਕੇ ਦੇ ਦਿੱਤਾ। ਗੰਗੋ ਪਿਖ ਬਿਸਮੈ ਹੋਏ ਗਯੋ, ਜਦੋਂ ਕਾਗਜ਼ ਪੜਿਆ, ਗੁਰੂ ਮਹਾਰਾਜ ਦੀ ਮੋਹਰ ਦੇਖੀ, ਚੁੱਪ ਕਰ ਗਿਆ। ਬੁੱਲ ਸਿਉਂਤੇ ਗਏ 50 ਰੁਪਈਏ ਪਿੱਛੇ, ਜਿੱਥੇ ਲੱਖਾਂ ਮੋਹਰਾਂ ਦਾ ਬਿਜ਼ਨਸ ਹੈ। ਟੂਸ਼ਨ ਪਇਓ ਨਾ ਤਨ ਕੋ ਦੀਨ, ਚੁੱਪ ਕਰ ਗਿਆ, ਕਾਗਜ਼ ਚੱਕ ਕੇ ਪਰੇ ਰੱਖ ਦਿੱਤਾ, ਧਨ ਦਿੱਤਾ ਹੀ ਨਾ। ਹਟਿਓ ਬੇਪਰ ਔਰ ਸੰਕਟ ਪੀਨ, ਜਦ ਕਾਫੀ ਦੇਰ ਹੋਈ, ਕਈ ਵਾਰੀ ਪੁੱਛਿਆ ਵੀ ਸ਼ਾਹ ਜੀ ਮੇਰਾ, ਕਹਿੰਦਾ ਹੈ ਹੀ ਨਹੀਂ, ਇੱਥੇ ਖਾਤਾ ਹੀ ਨਹੀਂ ਹੈ ਜਿਹਦਾ ਤੂੰ ਲੈ ਕੇ ਆਇਆ, ਇਹਦਾ ਤਾਂ ਨਾਂ ਹੀ ਨਹੀਂ ਸਾਡੀਆਂ ਬਈਆਂ 'ਚ, ਅਸੀਂ ਤਾਂ ਉੱਥੇ ਲੈਂਦੇ ਦਿੰਦੇ ਹੁੰਦੇ ਹਾਂ ਜਿਸ ਥਾਂ ਦੇ ਉੱਤੇ ਸਾਡੇ ਕੋਲ ਖਾਤੇ ਖੁੱਲ੍ਹੇ, ਇਹ ਨਾਂ ਦਾ ਤਾਂ ਕੋਈ ਹੈ ਹੀ ਨਹੀਂ ਖਾਤਾ ਅਮਰਦਾਸ ਜੀ ਦਾ। ਆਦਮ ਵੀ ਭੁੱਲ ਗਿਆ ਕਰਨਾ, ਉਹ ਦੁਖੀ ਹੋ ਗਿਆ ਉਹਦਾ ਹਿਰਦਾ। ਉਸ ਵੇਲੇ ਬਹੁਤ ਔਖਾ ਹੋ ਗਿਆ। ਇਹ ਅਵਸਥਾ ਹੁੰਦੀ ਹੈ ਜਦੋਂ ਭੁੱਲ ਜਾਂਦਾ, ਮਾਇਆ ਦੇ ਮੋਹ 'ਚ ਪੈ ਗਿਆ, ਪੜ੍ਹ ਲਓ। ਭੁੱਲ ਗਿਆ ਤੂੰ ਸਤਿਗੁਰ ਨੂੰ, ਮਾਇਆ ਦੇ ਮੋਹ ਵਿੱਚ ਪੈ ਕੇ ਭੁੱਲ ਗਿਆ। ਇਨ ਮਾਇਆ ਜੱਗ ਮੋਇਆ ਬਿਰਲਾ ਬੂਝਾ ਹੈ। ਇਹ ਮਾਇਆ ਦਾ ਮੋਹ ਐਸਾ ਪਿਆ ਕਿ 50 ਰੁਪਈਏ ਸੀ ਉਸੇ ਗੁਰੂ ਦੇ ਕੋਲ ਜਿੱਥੋਂ ਸਾਰੀਆਂ ਦਾਤਾਂ ਮਿਲ, ਅੰਦਰੋਂ ਆਵਾਜ਼ ਆਉਂਦੀ ਹੈ ਗੰਗਾ ਗੰਗੂ ਸ਼ਾਹ ਤੈਨੂੰ ਮਿਲਿਆ ਤਾਂ ਗੋਬਿੰਦਵਾਲ ਸਾਹਿਬ ਤੋਂ ਹੀ ਹੈ। ਕਹਿੰਦਾ ਲੈ ਮੈਨੂੰ ਗੋਬਿੰਦਵਾਲ ਤੋਂ 2 ਮਨ ਹੁੰਦੇ ਨੇ। ਕਹਿੰਦਾ ਉੱਥੋਂ ਮੈਨੂੰ ਕਿੱਥੋਂ ਮਿਲ ਗਿਆ, ਮੈਂ ਤਾਂ ਦਿੱਲੀ ਆਇਆ, ਇੱਥੇ ਆ ਕੇ ਮੇਰਾ ਲੋਟ ਲੱਗ ਗਿਆ ਤਾਂ ਹੋਇਆ। ਗੁਰੂ ਸਾਹਿਬ ਨੇ ਤਾਂ ਮੈਨੂੰ ਕੋਈ ਧਨ ਨਹੀਂ ਦਿੱਤਾ ਜਿਹਦੇ ਨਾਲ ਮੈਂ ਬਿਜ਼ਨਸ ਕਰਦਾ। ਵਾਪਸ ਮੋੜ ਦਿੱਤਾ ਗਰੀਬ, ਫਿਰ ਦਿੱਲੀ ਤੋਂ ਪੈਦਲ ਚੱਲਦਾ ਚੱਲਦਾ ਗੋਬਿੰਦਵਾਲ ਸਾਹਿਬ ਪਹੁੰਚਦੇ। ਮਹਾਰਾਜ ਨੂੰ ਜਾ ਕੇ ਉਹਨਾਂ ਦਾ ਪ੍ਰਵਾਨਾ ਮੋੜਤਾ ਕਿ ਮਹਾਰਾਜ ਇਹ ਹੁੰਡੀ ਤਾਂ ਆਪਦੀ ਚੱਲੀ ਨਹੀਂ, ਇੱਕ ਦ੍ਰਿਸ਼ਟੀ ਕਰ ਦਿੰਦੇ ਕਿਤੇ ਦੇ ਕਿਤੇ ਜਾਂਦੀ ਆ। ਮਹਾਰਾਜ ਨੇ ਵਿਚਾਰ ਕਰੀ, ਕਰਿਓ ਵਿਚਾਰਨ ਦਰਬ ਸਵਾਏ। ਕਹਿੰਦੇ ਸਵਾ ਜਿਹੜਾ ਮਾਇਆ ਦਾ ਨਾ, ਮਹਾਰਾਜ ਕਹਿੰਦੇ ਬਈ ਹੈ ਹੀ ਇਹ ਜਿਹਾ, ਜਿਸ ਟੇਕ ਆਵੇ ਸੁੱਧ ਤਿਸ ਜਾਏ, ਜਿਹਦੇ ਕੋਲ ਆ ਜਾਵੇ ਉਹਦੀ ਸੁੱਧੀ ਬੁੱਧੀ ਭੁੱਲ ਜਾਂਦੀ ਹੈ। ਗੁਰ ਪਰਮੇਸ਼ਰ ਵਿਸਰ ਜਾਏ, ਗੁਰੂ ਵੀ ਭੁੱਲ ਜਾਂਦਾ ਅਤੇ ਪਰਮੇਸ਼ਰ ਵੀ ਭੁੱਲ ਜਾਂਦਾ। ਕੋਈ ਨਿਤਨੇਮ ਨਹੀਂ ਰਹਿੰਦਾ, ਕੋਈ ਚੰਗਾ ਕੰਮ ਨਹੀਂ ਰਹਿੰਦਾ, ਦਿਨ ਰਾਤ ਮਾਇਆ 'ਚ ਖਚਤ ਹੋ ਕੇ ਭੁੱਲ ਜਾਂਦਾ। ਲਾਲਚ ਲਾਗੇ ਕਸ਼ਟ ਕੋ ਪਏ ਹੈ, ਲਾਲਚ 'ਚ ਲੱਗ ਜਾਂਦਾ, ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਹਰ ਵਕਤ ਪੈਸੇ ਇਕੱਠੇ ਕਰਦਾ ਰਹਿੰਦਾ। ਕਰੇ ਬਾਵਰਾ ਸੁਰਤ ਵਸਾਰੈ, ਬੌਲਾ ਕਰ ਦਿੰਦੀ ਹੈ ਮਾਇਆ, ਸੁਰਤ ਭੁੱਲ ਜਾਂਦੀ ਹੈ। ਜੋਗ ਅਜੋਗ ਨਾ ਬਹੁਰ ਵਿਚਾਰੈ,
ਕਹਿੰਦੇ ਹੁਣ ਦੇਖੋ ਵਿਚਾਰ ਕਰੀ ਉਹਨੇ ਜੋਗ ਤੇ ਅਜੋਗ ਦੀ ਵਿਚਾਰ ਵੀ ਅੰਦਰੋਂ ਭੁੱਲ ਗਈ। ਇਹ ਵੀ ਨਹੀਂ ਹੈ ਵੀ ਮੈਂ ਮਾਣ ਰੱਖ ਲਾਂ ਗੁਰੂ ਸਾਹਿਬ ਦਾ, ਜੋਗ ਜੋਗ ਦੀ ਇੰਨੀ ਵਿਚਾਰ ਭੁੱਲੀ ਕਹਿਣ ਦਾ ਖਾਤਾ ਹੀ ਨਹੀਂ ਉਹਨਾਂ ਦਾ ਤਾਂ ਮੇਰੇ ਕੋਲ। ਹਾਂ ਮੈਂ ਇੱਕ ਵਾਰੀ ਗਿਆ ਜ਼ਰੂਰ ਸੀ ਉੱਥੇ, ਕਿਉਂਕਿ ਇਹ ਭੁੱਲ ਜਾਂਦਾ ਇਹਨ ਮਾਇਆ ਜਗਦੀਸ਼ ਸਿੰਘ ਸਾਈਂ ਤੁਮਰੇ ਚਰਨ ਵਿਸਾਰੇ। ਮਹਾਰਾਜ ਨੇ ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਫਲੋ ਹੁੰਦਾ ਮਹਾਂਪੁਰਸ਼ਾਂ ਦਾ, ਜਿਵੇਂ ਇਹ ਚਸ਼ਮਾ ਚੱਲਦਾ ਨਾ, ਐਂ ਜਿਹੜਾ ਬਚਨ ਹੁੰਦਾ ਉਹ ਖੜਾ ਹੀ ਰਹਿੰਦਾ, ਉਹ ਪਿੱਛੇ ਨਹੀਂ ਹਟਿਆ ਕਰਦਾ ਜਦ ਤੱਕ ਮਹਾਂਪੁਰਸ਼ ਉਸ ਬਚਨ ਨੂੰ ਕੱਟ ਨਾ ਦੇਣ। ਉਸ ਵੇਲੇ ਮਹਾਰਾਜ ਨੇ ਵਿਚਾਰਿਆ ਬਈ ਮੂਰਖ ਬੰਦਾ ਮਾਇਆ ਦੇ ਮੋਹ 'ਚ ਪੈ ਕੇ ਇੰਨਾ ਭੁੱਲ ਗਿਆ ਕਿ ਉਹਨੂੰ ਜੋਗ ਅਤੇ ਯੋਗ ਦੋਹਾਂ ਗੱਲਾਂ ਦਾ ਕੋਈ ਧਿਆਨ ਹੀ ਨਹੀਂ ਰਿਹਾ, ਅਤੇ ਬਚਨ ਕਹਿਣ ਵੇਲੇ ਵੀ ਉਹਨੂੰ ਧਿਆਨ ਨਹੀਂ ਰਿਹਾ ਵੀ ਇਹ ਬਚਨ ਕਹਿਣੇ ਚਾਹੀਦੇ ਨੇ ਇਹਦੇ ਕੋਲ ਕਿ ਨਹੀਂ ਕਹਿਣੇ ਚਾਹੀਦੇ। ਮਹਾਰਾਜ ਕਹਿੰਦੇ ਕੋਈ ਨਾ ਭਾਈ, ਇੱਥੋਂ ਦੇ ਦਿਓ 50 ਰੁਪਈਏ। 50 ਰੁਪਈਏ ਦੇ ਤੇ ਉਸ ਵੇਲੇ ਇਹ ਚਲਿਆ ਜਾਂਦਾ ਵਜਾ ਕੇ ਵਿਆਹ ਕਰਿਆ। ਉੱਧਰਲੇ ਪਾਸੇ ਕੀ ਭਾਣਾ ਵਰਤਦਾ, ਵਪਾਰ ਖੜਨਾ ਸ਼ੁਰੂ ਹੋ ਗਿਆ, ਗਾਹਕ ਆਉਣ ਤੋਂ ਹਟ ਗਏ, ਕੋਈ ਹੁੰਡੀ ਜਿਹੜੀ ਸੀ ਉਹ ਕੈਸ਼ ਨਾ ਹੋਈ, ਬਦਨਾਮੀ ਸਾਰੇ ਦਿੱਲੀ 'ਚ ਹੋ ਗਈ। ਹੁੰਦੇ ਹੁੰਦੇ ਸਾਰਾ ਹੀ ਧਨ, ਸਾਰੀਆਂ ਕੋਠੀਆਂ ਮੁੜ ਕੇ ਉੱਥੇ ਹੀ ਆ ਗਿਆ ਜਿਹੜਾ ਕੁਛ ਲਾਹੌਰ ਵਿੱਚ ਸੀ, ਜ਼ੀਰੋ 'ਤੇ ਜਾ ਪਹੁੰਚਿਆ। ਹੁਣ ਪਛਤਾਉਂਦਾ, ਅੰਦਰੋਂ ਤਾਂ ਆਵਾਜ਼ ਆਉਂਦੀ ਹੈ ਉਹ ਮਨਾ ਕਿੱਡੀ ਤੈਂ ਗਫਲਤ ਕਰੀ, ਐਸੇ ਪੂਰੇ ਸਤਿਗੁਰੂ ਦਾ ਤੈਂ ਆਦਰ ਨਾ ਕਰਿਆ, ਕੀ 50 ਰੁਪਈਏ ਸੀ ਤੇਰੇ ਕੋਲ, ਤਾਂ ਲੱਖਾਂ ਦੇ ਮਾਲ ਸੀ, ਇੰਨਾ ਤੂੰ ਗੁਮਾਨ ਵਿੱਚ ਆ ਗਿਆ, ਇੰਨਾ ਤੂੰ ਭੁੱਲ ਗਿਆ, ਗਰੀਬ ਹੋ ਗਿਆ, ਕੁਛ ਨਾ ਰਿਹਾ ਉਹਦੇ ਕੋਲ। ਇਹ ਵਾਹਿਗੁਰੂ ਦੀ ਲੀਲਾ ਹੈ ਸਾਧ ਸੰਗਤ ਜੀ, ਐਂ ਪੜ੍ਹ ਲਓ। ਛਤਰ ਤਾਰੀਆਂ ਤੋਂ ਭੀਖ ਮੰਗਾਵੇ, ਲੀਲਾ ਤੇਰੀ ਕੌਣ ਜਾਣਦਾ, ਸਤਿ ਸ਼੍ਰੀ ਅਕਾਲ।
ਤੇਰੇ ਸੰਤਨ ਕੀ ਹਾਂ ਚੇਰੀ। 15-20 ਬੀਬੀਆਂ ਭਾਈ ਪ੍ਰਸ਼ਾਦਾ ਪਕਾਉਣ ਵਾਸਤੇ ਸੇਵਾ ਵਾਸਤੇ ਜਾਓ, ਉੱਥੇ ਵੀ ਲੱਗਿਆ ਹੋਇਆ ਲਾਊਡ ਸਪੀਕਰ ਸੁਣਨ ਦਾ ਬੰਦੋਬਸਤ ਹੈ, ਸੋ ਜਾਓ ਜਾ ਕੇ ਸੇਵਾ ਦਾ ਲਾਹਾ ਪ੍ਰਾਪਤ ਕਰੋ। ਹੱਸ ਤੋ ਜਾਏ ਸੋ ਰੋਬਤ ਆਵੇ, ਰੋਬਤ ਜਾਏ ਸੋ ਹੱਸ। ਹੱਸਦਾ ਜਾਂਦਾ ਬੰਦਾ, ਤੁਸੀਂ ਦੇਖ ਹੀ ਲਿਆ ਸਭ ਕੁਛ ਕੀ ਹੋਇਆ, ਹਾਸੇ ਰੋਣਿਆਂ 'ਚ ਬਦਲ ਗਏ। ਵਸਤੋ ਹੋਏ ਹੋਏ ਸੋ ਉਜੜ। ਬੰਗਲਾਦੇਸ਼ ਦੇ ਲੋਕ ਵਸ ਰਹੇ ਸੀ, ਇੱਕ ਤੂਫਾਨ ਉੱਠਿਆ, 5 ਲੱਖ ਨੂੰ ਰੋੜ ਕੇ ਲੈ ਗਿਆ, 1 ਕਰੋੜ ਨੂੰ ਬੇਘਰ ਕਰ ਦਿੱਤਾ। ਕਿਸੇ ਨੂੰ ਪਤਾ ਸੀਗਾ ਇਸ ਗੱਲ ਦਾ? ਵਸਤੇ ਸਾਰੇ ਉਜੜ ਹੋ ਗਏ। ਭਾਈ ਥੋੜ੍ਹੀਆਂ ਜਾਓ, ਬਹੁਤੀਆਂ ਨਾ ਜਾਓ, ਥੋੜ੍ਹੀਆਂ ਜਾਓ, ਤੁਸੀਂ ਤਾਂ 100 ਤੁਰਪੀ। ਬਸ ਤੋਂ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸਾ। ਧਿਆਨ ਦਿਓ ਵਾਹਿਗੁਰੂ ਦੇ ਹੱਥ ਵੱਲ। ਵਾਹਿਗੁਰੂ ਦਾ ਜਦ ਹੱਥ ਚੱਲਦਾ ਨਾ, ਕਿਵੇਂ ਕਰ ਦਿੰਦਾ? 5 ਲੱਖ ਬੰਦਾ ਮਰ ਗਿਆ ਪਾਣੀ ਚ ਆ ਕੇ, 1 ਕਰੋੜ ਬੇਘਰ ਹੋ ਗਿਆ, ਲਿਖਣ ਵਾਲੇ ਤਾਂ 2 ਕਰੋੜ ਦੱਸਦੇ ਨੇ। ਉਜਾੜਾ ਪੈ ਗਿਆ। ਬਸ ਤੋਂ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸਾ। ਜਲ ਤੇ ਥਰ ਕਰ, ਥਲ ਤੇ ਕੂਆ। ਉੱਚੇ ਉੱਚੇ ਜਿਹੜੇ ਥਾਂ ਸੀ ਭਰ ਗਏ ਪਾਣੀ ਨਾਲ, 20 ਮੀਟਰ ਪਾਣੀ ਆ ਗਿਆ ਉੱਚਾ, ਥੱਲੇ ਹੀ ਆ ਗਏ। ਕੂਪ ਤੇ ਮੇਰ ਕਰਾਵੇ, ਜਿੱਥੇ ਡੂੰਘਾ ਥਾਂ ਹੁੰਦਾ ਹੈ। ਆਹ ਹਿੰਦੁਸਤਾਨ ਹੈ ਨਾ ਜਿਹੜਾ, ਜਿਹਦੇ 'ਚ ਆਪਾਂ ਰਹਿੰਦੇ ਹਾਂ, ਇਹ ਕਿਸੇ ਸਮੇਂ ਸਮੁੰਦਰ ਦਾ ਥੱਲਾ ਹੁੰਦਾ। ਸਮੁੰਦਰ ਦਾ ਕੰਢਾ ਜਿਹੜਾ ਸੀ, ਹਿਮਾਲਿਆ ਜਿਹੜਾ, ਉੱਚੀਆਂ ਚੋਟੀਆਂ ਨੇ, ਉੱਥੇ ਸੀਗਾ। ਉੱਥੋਂ ਮਗਰਮੱਛ ਨਿਕਲਦੇ ਨੇ ਬਰਫਾਂ ਦੇ ਥੱਲਿਓ। ਇਹ ਜਿਹੜੇ ਸਾਇੰਟਿਸਟ ਨੇ, ਇਹ ਕਹਿੰਦੇ ਵੀ ਇੱਥੇ ਬਹੁਤ ਲੱਖਾਂ ਸਾਲ ਪਹਿਲਾਂ ਸਮੁੰਦਰ ਦਾ ਕੰਢਾ ਸੀ, ਪਾਸਾ ਮਾਰਿਆ ਧਰਤੀ ਨੇ, ਆਪਾਂ ਵਸਣ ਜੋਗਾ ਥਾਂ ਸਾਨੂੰ ਕੱਢਤਾ ਅਤੇ ਉਹ ਪਹਾੜ ਨਿਕਲਿਆ। ਅਤੇ ਸਮੁੰਦਰ ਕਿੱਥੇ ਚਲੇ ਗਿਆ? ਜਿੱਥੇ ਬਸਤੀਆਂ ਸੀ ਉਹਨਾਂ ਦੇ ਸਿਰ 'ਤੇ ਸਮੁੰਦਰ ਹੋ ਗਿਆ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਕਰਾਵੇ। ਗੁੱਡੀ ਚੜ੍ਹ ਜਾਂਦੀ ਹੈ ਬੰਦੇ ਦੀ, ਸਾਰੇ ਉਹਦਾ ਹੀ ਨਾਂ ਲੈਂਦੇ ਨੇ। ਜਦੋਂ ਕੱਟ ਜਾਂਦੀ ਹੈ ਫਿਰ ਧਰਤੀ 'ਤੇ ਗਿਰ ਜਾਂਦੀ।
ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ। ਅਕਲ ਵਾਲਿਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਪੰਡਿਤ ਬਣਾ ਦਿੰਦਾ ਹੈ, ਮੂਰਖ ਬਣਾ ਦਿੰਦਾ, ਪੰਡਿਤਾਂ ਨੂੰ ਮੂਰਖ ਬਣਾ ਦਿੰਦਾ। ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਖਦਾਰੀ, ਪੰਡਿਤ ਕਮਲਾ ਹੋ ਜਾਂਦਾ। ਇੱਕ ਵਾਰੀ ਰਾਜਾ ਭੋਜ ਦੀ ਸਭਾ 'ਚ ਇੱਥੇ ਇੱਕ ਪੰਡਿਤ ਆਇਆ ਜਿਹੜਾ ਸਾਰੇ ਭਾਰਤ ਵਰਸ਼ ਨੂੰ ਜਿੱਤਦਾ ਫਿਰਦਾ ਸੀ। ਇੱਥੇ ਆ ਕੇ ਉਹਨੇ ਡੌਂਡੀ ਫਰਵਾ ਦਿੱਤੀ। ਇਹਦੇ 1400 ਵਿਦਵਾਨ ਰਹਿੰਦਾ ਸੀ ਦਰਬਾਰ, 1400। ਕਹਿੰਦਾ ਮੇਰੇ ਨਾਲ ਕੋਈ ਬਹਿਸ ਕਰੋ, ਮੈਂ ਚਰਚਾ ਕਰਨੀ ਚਾਹੁੰਦਾ। ਰਾਜੇ ਨੂੰ ਚੈਲੰਜ ਕਰਦਾ ਵੀ ਜੇ ਤੇਰੇ ਪੰਡਿਤ ਮੈਨੂੰ ਨਾ ਜਿੱਤ ਸਕੇ ਤਾਂ ਜਿੰਨੀਆਂ ਕਿਤਾਬਾਂ ਨੇ ਨਾ ਇਹਨਾਂ ਦੀਆਂ ਉਹ ਮੈਂ ਸਾਰੀਆਂ ਖੋਹ ਲੈਣੀਆਂ। ਸ਼ਰਤ ਲਿਖੀ ਗਈ। ਹੁਣ ਪੰਡਿਤ ਫਿਕਰ 'ਚ ਪੈ ਗਏ ਵੀ ਕੀ ਕਰਿਆ ਜਾਵੇ। ਕਹਿੰਦੇ ਕੋਈ ਰੂਪਕ ਖੇਲੋ। ਉਸ ਵੇਲੇ ਇੱਕ ਅੱਖ ਤੋਂ ਕਾਣਾ ਤੇਲੀ ਜਿਹਦਾ ਨਾਂ ਗੰਗਾ ਸੀ, ਉਹਨੂੰ ਟੋਲ ਲਿਆ। ਕਹਿਣ ਲੱਗੇ ਤੇਰੀ ਚਰਚਾ ਕਰਾਉਣੀ ਹੈ, ਗੱਲੜੀ ਬਹੁਤ ਸੀ, ਗੱਲਾਂ ਬਹੁਤ ਮਾਰਦਾ। ਕਹਿੰਦਾ ਮੈਂ ਕੀ ਕਰੂੰਗਾ ਗੱਲ। ਉਹਨੂੰ ਸੰਸਕ੍ਰਿਤ ਦੇ ਥੋੜ੍ਹੇ ਜਿਹੇ ਅੱਖਰ ਸੁਣਾ ਦਿੱਤੇ, ਅੱਖਰ ਸਿਖਾ ਦਿੱਤੇ। ਕਹਿੰਦੇ ਬਸ ਉਹ ਜਿਹੜੀ ਗੱਲ ਕਰੂਗਾ ਤੂੰ ਉਹਦਾ ਜਵਾਬ ਦੇਈ ਜਾਈ। ਖਰੜ ਗਿਆਨੀ ਸੀਗਾ ਉਹ, ਬਾਜੇ ਬਾਜੇ ਹੁੰਦੇ, ਅਕਲ ਦੀ ਗੱਲ ਨਹੀਂ ਕਰਦੇ, ਆਪਦੀ ਉਹ ਗੱਲ ਬੋਲੀ ਜਾਂਦੇ। ਕੁਝ ਬੰਦਾ ਬਹਿਸ ਕਰਨ ਗਿਆ, ਮਾਂ ਕਹਿੰਦੀ ਬੇਟਾ ਤੂੰ ਨਾ ਜਾ, ਹਾਰ ਜਾਏਗਾ। ਕਹਿੰਦਾ ਮਾਂ ਅੱਜ ਤੱਕ ਤਾਂ ਮੈਂ ਹਾਰਿਆ ਨਹੀਂ। ਕਹਿੰਦੀ ਨਾ ਤੂੰ ਪੜ੍ਹਿਆ ਨਾ ਤੂੰ ਲਿਖਿਆ, ਤੂੰ ਹਾਰਦਾ ਕਿਉਂ ਨਹੀਂ ਹੈ। ਕਹਿੰਦਾ ਮੈਂ ਬੋਲਣ 'ਤੇ ਹੀ ਨਹੀਂ ਹਟਦਾ, ਨਾ ਮੈਂ ਉਹਦੀ ਗੱਲ ਸੁਣਾ ਆਪਣੀ ਦੇਈ ਜਾਂਦਾ, ਉਹਨਾਂ ਅਗਲਾ ਥੱਕ ਕੇ ਬਹਿ ਜਾਂਦਾ, ਮੈਂ ਜਿੱਤ ਜਾਂਦਾ। ਆ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਨਾ, ਮਾਸਟਰ ਤਾਰਾ ਸੋਹਣੀ ਹੁੰਦੇ ਅਤੇ ਗਿਆਨੀ ਸ਼ੇਰ ਸਿੰਘ ਹੁੰਦੇ, ਉਹਨਾਂ ਦਿਨਾਂ 'ਚ ਜਿਹੜਾ ਬੋਲਣ ਲੱਗ ਜਾਂਦਾ ਸੀ ਉਹ ਹਟਦਾ ਨਹੀਂ ਸੀ ਹੁੰਦਾ। ਇੱਕ ਮਤਾ ਪਾਸ ਹੋ ਰਿਹਾ ਸੀ, ਗਿਆਨੀ ਸ਼ੇਰ ਸਿੰਘ ਅੱਖਾਂ ਤੋਂ ਮੁਨਾਖਾ ਸੀ ਅਤੇ ਉਹ ਬੋਲਣ ਲੱਗ ਗਿਆ। 22 ਘੰਟੇ ਖੜ੍ਹਾ ਰਿਹਾ, 22 ਘੰਟੇ। ਇਹ ਮਾਸਟਰ ਉਹਨਾਂ ਨੇ ਕਿਹਾ ਵੀ ਹੁਣ ਕਿਰਿਆ ਵੀ ਕਰਨੀ ਹੈ, ਕਿਸੇ ਨੇ ਪਿਸ਼ਾਬ ਜਾਣਾ, ਕਿਸੇ ਨੇ ਜੰਗਲ ਜਾਣਾ। ਆਪਸ ਵਿੱਚ ਸਲਾਹ ਕਰ ਲਈ ਸਾਰਿਆਂ ਨੇ, ਉਹ ਕਰਕੇ ਜਦੋਂ ਚਲੇ ਗਏ ਉਹ ਗਿਆਨੀ ਜੀ ਦੇ ਲੱਤ ਨੂੰ ਹੱਥ ਲਾਤਾ ਦੂਜਿਆਂ ਨੇ ਵੀ ਹੁਣ ਛਿੱਦ ਪਈ ਹੋਈ ਆ, ਮਤਾ ਪਾਸ ਕਰ ਲਓ ਫਟਾਫਟ। ਵੀ ਉਹ ਤਾਂ ਸਭ ਉੱਠ ਗਏ ਮਾਸਟਰ ਤਾਰਾ ਸਿੰਘ ਦੇ ਸਾਥੀ, ਉਸੇ ਵੇਲੇ ਮਤਾ ਪਾਸ ਕਰ ਲਿਆ। ਜਦੋਂ ਜਕਾਰੇ ਬੁਲਾਉਣ ਲੱਗੇ ਵੀ ਮਤਾ ਹੋ ਗਿਆ ਪਾਸ, ਮਾਸਟਰ ਉਹ ਨਹੀਂ ਨੱਠੇ। ਉਹਨਾਂ ਦਿਨਾਂ 'ਚ ਇਹੋ ਜਿਹੇ ਚੱਲਦੇ ਹੁੰਦੇ, ਬੋਲਣ 'ਤੇ ਹਟਣਾ ਹੀ ਨਹੀਂ। ਉਹ ਕਹਿੰਦਾ ਮਾਂ ਮੈਂ ਤਾਂ ਬੋਲਣ 'ਤੇ ਨਹੀਂ ਹਟਦਾ, ਦੂਜੇ ਨੂੰ ਨੀਂਦ ਆ ਜਾਂਦੀ ਆ ਸੁਣਦੇ ਸੁਣਦੇ। ਕਹਿੰਦਾ ਮੈਨੂੰ ਕਿਹੜਾ ਹਰਾ ਸਕਦਾ। ਗਾਂਗਾ ਕਹਿੰਦਾ ਫਿਕਰ ਨਾ ਕਰੋ, ਮੈਂ ਪੰਡਿਤ ਪੁੰਡਿਤ ਨੂੰ ਕੱਖ ਨਹੀਂ ਜਾਣਦਾ। ਸੋ ਉਹਨੂੰ ਬਹੁਤ ਵਧੀਆ ਕੱਪੜੇ ਲੈ ਤੇ ਅਤੇ ਇੱਕ ਜੁੱਤੀ ਲੈ ਤੀ ਬੜੀ ਉਹ ਕੀਮਤੀ, ਪੰਡਿਤਾਂ ਵਾਂਗਣ ਟਿੱਕਾ ਲਾ ਤਾ ਅਤੇ ਰਾਜੇ ਭੋਜ ਦੇ ਦਰਬਾਰ ਵਿੱਚ ਸਭਾ ਲੱਗ ਗਈ। ਉਹ ਪੰਡਿਤ ਵੀ ਆ ਗਿਆ ਅਤੇ ਇਹ ਵੀ ਚੱਲ ਗਿਆ। ਇਹਨੇ ਕਿਹਾ ਵੀ ਜੁੱਤੀ ਮੇਰੀ ਹੈਗੀ ਬਹੁਤ ਕੀਮਤੀ, ਕਿਤੇ ਕੋਈ ਚੱਕ ਕੇ ਨਾ ਲੈ ਜੇ। ਇਹਨੇ ਰੁਮਾਲ ਬਹੁਤ ਵਧੀਆ ਰੁਮਾਲ ਸੀ ਉਹਦੇ 'ਚ ਬਲੇਟ ਲਈ ਕੱਛ 'ਚ ਦੇ ਲਿਆ, ਇਹ ਕਰਕੇ ਵੀ ਆਪਣੇ ਕੋਲੇ ਰੱਖੋ, ਕੋਈ ਜੁੱਤੀ ਨਾ ਮੇਰੀ ਚੱਕ ਲਿਜੇ। ਉਹ ਜਦ ਉੱਥੇ ਗਏ ਤਾਂ ਉਹਨੇ ਕਿਹਾ ਵੀ ਪੰਡਿਤ ਕੁਛ ਚੱਕੀ ਆਉਂਦਾ, ਪਤਾ ਨਹੀਂ ਕਿਹੜਾ ਗ੍ਰੰਥ ਹੈ। ਉਹ ਕਹਿੰਦਾ ਪਹਿਲਾਂ ਗ੍ਰੰਥ ਦਾ ਨਾਂ ਲੈ ਲਈਏ, ਫਿਰ ਮੈਨੂੰ ਪਤਾ ਲੱਗ ਜੂ ਵੀ ਇਹ ਮੇਰਾ ਪੜ੍ਹਿਆ ਹੋਇਆ। ਇਹ ਕਹਿੰਦਾ ਕਵਨ ਪੁਸਤਕੰ, ਬਈ ਕਿਹੜੀ ਕਿਤਾਬ ਹੈ। ਕਹਿੰਦਾ ਇਹ ਕਹਿੰਦਾ ਕੰਟਕ ਚੂਰਨੰ, ਕੰਡਿਆਂ ਦਾ ਚੂਰਾ ਕਰਨ ਵਾਲੀ, ਜੁੱਤੀ ਦੇ ਥੱਲੇ ਕੰਡਾ ਆ ਜਾਵੇ ਉਹਦਾ ਚੂਰਾ ਹੀ ਹੋ ਜਾਣਾ। ਕਹਿੰਦਾ ਕੰਟਕ ਚੂਰਨ, ਪੰਡਿਤ ਡਰ ਗਿਆ ਵੀ ਆਹ ਕੰਟਕ ਚੂਰਨ ਕਿਤਾਬ ਤਾਂ ਮੈਂ ਅੱਜ ਤੱਕ ਪੜ੍ਹੀ ਹੋਈ ਨਹੀਂ, ਇਹ ਤਾਂ ਕਿਹੜਾ ਸ਼ਾਸਤਰ ਹੋਇਆ। ਕਹਿੰਦਾ ਜੇ ਇਹਦੇ ਨਾਲ ਗੱਲ ਕਰੀ ਨਾ ਬੋਲ ਕੇ, ਫਿਰ ਮੈਂ ਹਾਰ ਜਾਣਾ ਵੀ ਇਸ਼ਾਰੇ ਨਾਲ ਗੱਲ ਕਰਾਂਗੇ। ਰਾਜੇ ਭੋਜ ਨੂੰ ਕਹਿਣ ਲੱਗੇ ਵੀ ਇਸ਼ਾਰੇ ਨਾਲ ਗੱਲ ਕਰਾਂ। ਕਹਿੰਦੇ ਕਿਉਂ ਭਾਈ ਪੰਡਿਤ ਜੀ, ਇਹ ਤਾਂ ਇਸ਼ਾਰੇ ਨਾਲ ਗੱਲ ਕਰਨੀ ਚਾਹੁੰਦੇ। ਗਾਂਗੇ ਨੂੰ ਕਿਹਾ, ਉਹ ਕਹਿੰਦਾ ਹਾਂ ਮਨਜ਼ੂਰ ਹੈ। ਉਹ ਪੰਡਿਤ ਨੇ ਜਦ ਬਹਿ ਗਏ, ਕਹਿੰਦੇ ਕਰੋ ਪੰਡਿਤ ਜੀ ਸਵਾਲ। ਉਹਨੇ ਇੱਕ ਉਂਗਲੀ ਐਂ ਖੜੀ ਕਰਤੀ, ਇਹਦੇ ਵੱਲ ਦੇਖਣ ਲੱਗੇ ਵੀ ਹੁਣ ਕੀ ਜਵਾਬ ਦਿੰਦਾ ਹੈ। ਇਹਨੇ 2 ਕਰਤੀਆਂ, ਪੰਡਿਤ ਨੇ ਐਂ 5 ਕਰਤੇ, ਇਹਨੇ ਐਂ ਕੁਛ ਸੁਣ ਵੱਟ ਲਿਆ। ਉਹ ਪੰਡਿਤ ਨੇ ਮੱਥਾ ਟੇਕਦਾ ਕਹਿੰਦੇ ਮਹਾਰਾਜ ਮੈਂ ਹਾਰਿਆ, ਇਹ ਜਿੱਤਿਆ। ਉਹ ਜਦੋਂ ਅੱਡ ਅੱਡ ਹੋ ਗਏ, ਪੰਡਿਤ ਨੂੰ ਪੁੱਛਿਆ
ਬਈ ਤੈਂ ਕੀ ਸਵਾਲ ਕਰਿਆ ਸੀ? ਕਹਿੰਦਾ ਮੈਂ ਇੱਕ ਉਂਗਲੀ ਖੜੀ ਕਰਕੇ ਕਿਹਾ ਸੀ ਵੀ ਇਹ ਸੰਸਾਰ ਦੇ ਅੰਦਰ ਇੱਕੋ ਬਰਮ ਹੈ। ਕਹਿੰਦੇ ਫਿਰ ਉਹਨੇ ਕੀ ਜਵਾਬ ਦਿੱਤਾ? ਕਹਿੰਦੇ ਉਹਨੇ ਇਹ ਦੋ ਉਂਗਲੀਆਂ ਕਰਤੀਆਂ ਵੀ ਬਰਮ ਦਾ ਇਕੱਲਾ ਨਹੀਂ ਹੈ, ਇੱਥੇ ਮਾਇਆ ਵੀ ਨਾਲ ਆ ਉਹਦੇ। ਕਹਿੰਦੇ ਫਿਰ ਮੈਂ ਪੰਜ ਕਰਤੀਆਂ ਵੀ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੰਸਾਰ ਹੈ। ਕਹਿੰਦਾ ਉਹਨੇ ਇਹ ਮੁੱਕਾ ਬਣਾ ਲਿਆ ਵੀ ਇਕੱਲਾ ਇਕੱਲਾ ਤੱਤ ਕੁਛ ਨਹੀਂ ਕਰਦਾ ਜਿੰਨਾ ਚਿਰ ਇਹ ਇਕੱਠੇ ਨਹੀਂ ਹੁੰਦੇ। ਕਹਿੰਦਾ ਮੈਂ ਹਾਰ ਗਿਆ। ਗਾਂਗੇ ਤੇਲੀ ਨੂੰ ਕਹਿੰਦੇ ਐਂ ਦੱਸ ਬਈ ਤੂੰ ਕੀ ਸਮਝਿਆ? ਕਹਿੰਦਾ ਜਦ ਉਹਨੇ ਐਂ ਕਰੀ ਨਾ ਉਂਗਲੀ ਖੜੀ, ਕਹਿੰਦਾ ਮੈਂ ਸਮਝਿਆ ਵੀ ਮੇਰੇ ਹੈਗੀ ਇੱਕ ਅੱਖ, ਇਹ ਕਹਿੰਦਾ ਵੀ ਤੇਰੀ ਜਿਹੜੀ ਇੱਕੋ ਅੱਖ ਹੈ ਨਾ ਉਹ ਵੀ ਮੈਂ ਕੱਢ ਦੇਣੀ ਹੈ। ਕਹਿੰਦਾ ਮੈਂ ਦੋ ਖੜੀਆਂ ਕਰਤੀਆਂ ਵੀ ਤੇਰੀਆਂ ਮੈਂ ਦੋ ਕੱਢ ਕੇ ਛੱਡਾਂ। ਕਹਿੰਦੇ ਫਿਰ ਕਹਿੰਦਾ ਉਹਨੇ ਪੰਜ ਉਂਗਲੀਆਂ ਖੜੀਆਂ ਕਰਤੀਆਂ, ਐਂ ਕਰ ਲਈਆਂ। ਕਹਿੰਦਾ ਮੈਂ ਕਿਹਾ ਵੀ ਕਹਿੰਦਾ ਚਪੇੜ ਮਾਰੂ ਤੇਰੇ। ਕਹਿੰਦਾ ਮੈਂ ਘਸੁੰਨ ਮੱਟ ਲਿਆ ਵੀ ਆਹ ਘਸੁੰਨ ਚਪੇੜ ਨਾਲੋਂ ਤਕੜਾ ਹੁੰਦਾ। ਕਹਿੰਦਾ ਉਹ ਝਾਰ ਗਿਆ। ਸਾਰੇ ਹੈਰਾਨ ਹੋ ਗਏ। ਇਹ ਭਾਈ ਗੁਰਦਾਸ ਜੀ ਨੇ ਲਿਖਿਆ ਇਸ, ਕਹਿੰਦੇ ਖਲ ਮੂਰਖ ਤੇ ਪੰਡਿਤ ਕਰਵੋ, ਜਿਹੜਾ ਮੂਰਖ ਸੀ ਉਹਦਾ ਪੰਡਿਤ ਬਣ ਗਿਆ, ਪੰਡਿਤ ਤੇ ਮੁਖਦਾਰੀ, ਜਿਹੜਾ ਪੰਡਿਤ ਸੀ ਉਹ ਮਹਾਂਮੂਰਖ ਬਣ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕਹੋ ਪ੍ਰੀਤਮ ਤਿਸ ਮੂਰਤ ਬਲਿਹਾਰ। ਬਲਿਹਾਰ ਜਾਂਦੇ ਆ ਉਸ ਮੂਰਤ। ਉਸ ਵੇਲੇ ਜਦੋਂ ਇਹ ਗੱਲ ਬਣਨ ਤੇ ਆਉਂਦੀ ਹੈ ਨਾ, ਸਾਧ ਸਿੰਘ ਜੀ ਵੱਡੇ ਵੱਡੇ ਹਾਰ ਗਏ ਨੇ। ਆ ਵੱਡੇ ਵੱਡੇ ਜਿਹੜੇ ਸੀ, ਹੁਣ ਦੁਰਯੋਧਨ ਸੀ, ਅਧਿਸ਼ਟਰ ਸੀ, ਅਧਿਸ਼ਟਰ ਰਾਜ ਕਰਦਾ ਸੀ, ਇੱਕੋ ਦਿਨ 'ਚ ਹਾਰ ਕੇ ਭਿਖਾਰੀ ਬਣ ਗਿਆ, ਤੁਰਿਆ ਫਿਰਦਾ, ਸਾਰਾ ਰਾਜ ਜੂਏ 'ਚ ਹਾਰ ਦਿੱਤਾ, ਤਖ਼ਤ ਖੁੱਸ ਗਿਆ, ਤਾਜ ਖੁੱਸ ਕੇ, ਗੁਲਾਮ ਬਣ ਗਿਆ, ਇਸਤਰੀ ਹਾਰ ਦਿੱਤੀ। ਸੁੱਤ ਪੰਡ ਮਹੀਅਤ ਕੇ ਜਿਹੇ ਨੇ ਹਰ ਰਾਜ ਕਾਨਨ ਮਾਹੇ ਫਿਰਾਏ। ਕਹਿੰਦੇ ਜੰਗਲਾਂ 'ਚ ਸਰਕੜਿਆਂ 'ਚ ਤੁਰੇ ਫਿਰਦੇ ਨੇ। ਛਿਨ ਮਾਹੇ ਸੋ ਛਤਰ ਛਨਾਏ ਲੈ ਦੁਰਯੋਧਨ ਕੇ ਤਨ ਭੂਮ ਰਲਾਏ। ਇੱਕ ਅੱਖ ਦੇ ਫੋਰੇ ਦੇ ਵਿੱਚ ਛਤਰ ਖੋਲਿਆ ਤੇ ਤਨ ਭੂਮ ਦੇ ਉੱਤੇ ਰਲਦਾ। ਨਲ ਸੇ ਮਹੀ ਪਾਲ ਸੇ ਰਾਜ ਕਰੇ, ਹਰੀਸ਼ ਚੰਦ ਬਨਾਰਸ ਜਾਏ ਬਕਾਏ। ਨਲ ਰਾਜੇ ਵਰਗੇ ਜਦੋਂ ਜੂਏ 'ਚ ਹਾਰੇ, ਗਰੀਬ ਹੋ ਗਏ, ਜੰਗਲਾਂ 'ਚ ਮਾਰੇ ਮਾਰੇ ਫਿਰਦੇ ਨੇ। ਹਰੀ ਚੰਦ ਰਾਜਾ ਜਾ ਕੇ ਵਿਕਦਾ। ਪਭ ਮਾਹੇ ਅਗਾਧ ਗਤੀ ਤਿੰਨ ਕੀ, ਸਭ ਹਾਰ ਪਰੇ ਗਤ ਕੋਏ ਨਾ ਪਾਏ। ਵਾਹਿਗੁਰੂ ਦੀ ਗਤੀ ਨੂੰ ਕੌਣ ਜਾਣ ਸਕਦਾ? ਸੁਰ ਕੇ ਪਤ ਕੋ ਗਹਿ ਕੇ ਜੀ ਨੇ, ਮੈਂ ਮੰਡਲ ਵੇ ਗੜ ਲੰਕ ਦਿਖਾਏ। ਵਿਸ਼ਨੂੰ ਭਗਵਾਨ ਨੂੰ ਲਿਆ ਕੇ ਰਾਮ ਚੰਦਰ ਦਾ ਅਵਤਾਰ ਬਣਾ ਕੇ ਲੰਕਾ ਦੇ ਰਾਜੇ ਨਾਲ ਲੜਾ ਦਿੱਤਾ। ਸੁਰ ਕੇ ਪਤ ਕੋ ਗਹਿ ਕੇ ਜੀ ਨੇ, ਮੈਂ ਮੰਡਲ ਵੇ ਗੜ ਲੰਕ ਦਿਖਾਏ। ਗੜ ਕਾਂਚਨ ਸਾਗਰ ਕੀ ਪਰਖਾ, ਤੋਏ ਰਾਵਣ ਕੇ ਦਸ ਮੂੰਡ ਕਟਾਏ। ਅਬ ਔਰਨ ਕੀ ਬਾਤ ਕਹਾਂ ਕਹੀਏ, ਹਰ ਤਾਤ ਤਾਤਾ ਕੇ ਪਗ ਸੰਗਲ ਪਏ। ਕ੍ਰਿਸ਼ਨ ਮਹਾਰਾਜ ਦੇ ਮਾਂ ਤੇ ਪਿਓ ਦੇ ਪੈਰਾਂ 'ਚ 20 ਸਾਲ ਸੰਗਲ ਪਏ ਰਹੇ ਨੇ। ਭਵ ਮਾਹੇ ਅਗਾਧ ਗਤੀ ਤਿੰਨ ਕੀ, ਸਭ ਹਾਰ ਪਰੇ ਗਤ ਕੋਏ ਨਾ ਪਾਏ। ਕੋਈ ਗਤੀ ਜਾਣਦਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਉੱਜੜਦਿਆਂ ਨੂੰ ਵਸਾ ਦਿੰਦਾ, ਵਸਦਿਆਂ ਨੂੰ ਉਜਾੜ ਜਾਂਦਾ। ਇਸ ਤਰ੍ਹਾਂ ਪੜ ਲਓ। ਉਜੜੇ ਬਸ ਜਾਂਦੇ ਨੇ, ਬਸਦੇ ਫਿਰਨ ਵਜਾਣੀ ਉਜੜੇ ਬਸ ਜਾਂਦੇ ਨੇ, ਬਸਦੇ ਫਿਰਨ ਵਜਾਣੀ ਉਜੜੇ Yeah.
ਸੋ ਉਜੜ, ਉਜੜ ਹੋਏ ਸੋ ਬਸ। ਆ ਇਰਾਕ ਦੀ ਲੜਾਈ ਲੱਗੀ ਹੈ ਨਾ, ਦੇਖਿਆ ਕਿਵੇਂ ਉਜੜ ਗਏ ਲੋਕ, ਕਿਵੇਂ ਬੇਘਰ ਹੋ ਗਏ। ਆਹ ਜਿਹੜੇ ਖੁਰਦ ਲੋਕ ਨੇ, ਇਹ ਕੋਈ 30-40 ਲੱਖ ਹੈ ਜਿਹਨਾਂ ਨੂੰ ਥਾਂ ਨਹੀਂ ਲੱਭ ਰਿਹਾ, ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਰੁਲਦੇ ਫਿਰਦੇ ਨੇ। ਕੱਲ੍ਹ ਤੱਕ ਉਹ ਮਾਲਕ ਸੀ, ਬੇਅੰਤ ਧਨ ਸੀ। ਇਸ ਤਰ੍ਹਾਂ ਵਾਹਿਗੁਰੂ ਦੀ ਲੀਲਾ ਨਹੀਂ ਦੇਖੀ ਜਾਂਦੀ। ਮਹਾਰਾਜ ਉਸ ਦਿਨ ਤੋਂ ਜਦ ਤੋਂ ਜਵਾਬ ਦਿੱਤਾ ਨਾ ਉਸਨੇ, ਤਿਸ ਦਿਨ ਤੇ ਗੰਗੋ ਕੋ ਦਰਬ ਜਾਤ ਜਾਤ ਬਿਨਸਿਓ ਪੁਨ ਸਰਬ। ਉਹਦਾ ਜਿਹੜਾ ਪੈਸਾ ਸੀ ਹੌਲੀ ਹੌਲੀ ਜਾਣ ਲੱਗਿਆ, ਸਾਰਾ ਹੀ ਖਤਮ ਹੋ ਗਿਆ। ਥੋਰ ਦਿਨ ਮੈਂ ਰੰਕ ਪਇਓ ਤਬ ਨਿਜ ਔਗਨ ਜਾਨ ਲਇਓ ਹੈ। ਗਰੀਬ ਹੋ ਗਿਆ, ਕੋਠੀਆਂ ਵਿਕੀਆਂ, ਸਭ ਕੁਛ ਵਿਕ ਗਿਆ। ਉਸ ਵੇਲੇ ਅੱਖਾਂ ਖੁੱਲੀਆਂ, ਉਹ ਮਨਾ ਕਿੱਡੀ ਬੜੀ ਭੁੱਲ ਕਰੀ, ਕਿੱਡੀ ਬੜੀ ਤੂੰ ਭੁੱਲ ਕਰੀ, ਐਡੀ ਬੜੀ ਭੁੱਲ ਹੈ। ਪੜੋ ਪਿਆਰ ਨਾ, ਮੈਂ ਤਾਂ ਕਰ ਲਿਆ ਅਬ ਗਿਆ ਪਾਰੀ, ਬੇਵਕੂਫ ਹੋ ਕੇ ਪਰੇਸ਼ਾਨ। Thank you.
ਵੱਡੇ ਵੱਡੇ ਜਿਹੜੀਆਂ ਹੱਤਿਆ ਨੇ, ਬਾਹਮਣ ਗਾਈ ਮਨਸ ਘਾਤ ਅਪਰਾਧ ਕਰਾਰੇ, ਮਦ ਪੀ ਜੂਏ ਖੇਲਦੇ ਜੋਹਨ ਪਰ ਨਾਰੇ, ਮੋਹਨ ਪਰਾਈ ਲਛਮੀ ਠੱਗ ਚੋਰ ਚੁਗਾਰੇ, ਵਿਸ਼ਵਾਸ ਦਰੋਹੀ ਕਿਰਤ ਗਣ ਪਾਪੀ ਹਥਿਆਰੇ। ਕਹਿੰਦੇ ਇਹਨਾਂ ਨੂੰ ਲੱਖ ਕਰੋੜਾਂ 'ਚ ਜੋੜ ਲਓ, ਲੱਖ ਕਰੋੜੀ ਜੋੜਿਆਂ ਨਾਲ ਅਣਗਿਣਤ ਵਾਰੇ, ਇੱਕ ਤਲੋਏ ਨਾ ਪੁੱਜਣੀ ਬੇਮੁੱਖ ਗੁਰਦੁਆਰੇ। ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ, ਇੱਕ ਲੂੰ ਦੇ ਬਰਾਬਰ ਵੀ ਨਹੀਂ ਪਹੁੰਚਦੇ ਸਤਿਗੁਰ ਤੇ ਬੇਮੁੱਖ ਮੈਂ ਭਇਓ। ਮਨ 'ਚ ਵਿਚਾਰ ਕਰਦਾ ਵੀ ਮੈਂ ਬੇਮੁੱਖ ਹੋ ਗਿਆ, 50 ਰੁਪਈਏ ਪਿੱਛੇ ਇਹੋ ਜਿਹੇ ਖੋਟੇ ਵਾਕ ਹੈ, ਅਤੇ ਵੀ ਮੈਂ ਇੱਕ ਵਾਰੀ ਗੋਇੰਦਵਾਲ ਗਿਆ ਤਾਂ ਸੀ, ਗੁਰੂ ਨੇ ਮੈਨੂੰ ਯਾਦ ਹੀ ਰੱਖਿਆ। ਸਤਿਗੁਰ ਤੇ ਬੇਮੁੱਖ ਮੈਂ ਭਇਓ, ਯਾ ਤੇ ਦਰਬ ਸਰਬ ਹਰ ਗਿਓ, ਤਾਂ ਮੇਰਾ ਧਨ ਨਸ਼ ਨਾਸ਼ ਹੋਵੇ। ਤਿੰਨ ਬਿਨ ਕੌਣ ਸਹਾਇਕ ਮੇਰਾ ਮਨਾ ਮੂਰਖਾ। ਹੁਣ ਦੱਸ ਕੋਈ ਤੇਰਾ ਸਹਾਇਕ ਹੈ ਉਹਨਾਂ ਤੋਂ ਬਗੈਰ? ਉਚਿਤ ਮੋਹੇ ਬਣਿਓ ਅਬ ਚੇਰਾ। ਹੁਣ ਚਾਹੀਦਾ ਮੈਂ ਉਹਨਾਂ ਦੀ ਸਿੱਖੀ ਗ੍ਰਹਿਣ ਕਰ ਲਾਂ। ਸਭ ਵਿਦ ਸੇਵਾ ਕਰੋ ਗੁਸਾਈ, ਮੈਂ ਹੁਣ ਸੇਵਾ ਕਰਾਂ ਜਾ ਕੇ। ਫੇਰੋਂ ਵੱਡਣੀ ਤਿੰਨ ਦਰ ਜਾਈ, ਤੇ ਮੈਂ ਉਸ ਵੱਡੇ ਦਰਵਾਜ਼ੇ ਤੇ ਜਾ ਕੇ ਝਾੜੂ ਬਰਦਾਰ ਬਣ ਕੇ ਝਾੜੂ ਫੇਰਦਾ ਰਹਾਂ। ਸਿਰ ਤਰ ਜਲ ਢੋਵੋ ਚਿਰਕਾਲ, ਤੇ ਮੈਂ ਜਲ ਨੂੰ ਸਿਰ ਤੇ ਚੱਕ ਕੇ ਢੋਂਦਾ ਰਹਾਂ ਬੜੀ ਦੇਰ ਤੱਕ। ਕਰੋ ਸੇਵਾ ਇਤਿਆਦ ਵਿਸਾਲ, ਤਾਂ ਮੇਰਾ ਕਿਤੇ ਜਾ ਕੇ ਔਗਣ ਬਖਸ਼ਿਆ ਜਾਣਾ। ਮੈਂ ਤਾਂ ਕਿਰਤਗਣ ਨੂੰ ਕਿੰਨਾ ਪਾਪ ਲੱਗਦਾ ਧਿਆਨ ਨਾਲ ਸੁਣੋ। ਇਹ ਧਰਤੀ ਭਾਰ ਨਾ ਚੱਲਦੀ,